किसान बाणी सुन रहे सारे किसान वीरां ते किसान भैणां नूं मेरे गुरलीन सिद्धू वल्लों प्यार भरी सति श्री अकाल। किसान वीरों ते भैणों, अज दिन बुधवार नूं साडा गल्लबात दा विशा है गर्म रुत दी मूंगी दी काश्त। ते इस विशे दे उत्ते जानकारी देण दे लई साडे नाल स्टूडियो दे विच मौजूद ने मैडम सुखदीप कौर। डॉक्टर सुखदीप कौर खेतरी खोज केंद्र बठिंडा तो बीज विज्ञानी बीज उत्पादन ने ते अज साडे नाल गर्म रुत दे विच मूंगी दी जिहड़ी काश्त है ओह किवें कीती जाणी चाहीदी है, किन्ना किन्ना गल्लां दा खास ख्याल रख्या जाणा चाहीदा है, इन्हां सारियां ही गल्लां दे संबंध विच जानकारी है जिहड़ी ओह सांझी करांगे। डॉक्टर साहब स्टूडियो दे विच तुहाडा बहुत बहुत स्वागत है जी। बहुत बहुत धन्यवाद गुरलीन जी ते मेरे वल्लों सारे श्रोतियां नूं बहुत प्यार भरी सति श्री अकाल जी। डॉक्टर साहब जिवें कि असीं अज दा विशा चुनिया कि गर्म रुत दे विच मूंगी दी जिहड़ी काश्त है ओह किवें करनी है, की दाणां दा महत्व है, किहो जिहा तरातल, किहो जिहा मौसम, किहो जिहे पौण पाणी दे विच, किन्नी बीज दी मात्रा, किहो जिहियां खादां वरत के असीं चंगा उत्पादन है जिहड़ा ओह साडे किसान वीरां नूं लैण दे लई जिहड़ी जानकारी है ओह देणी चाहुंदे हां। पर उस तों पहलां किसान वीरां नूं इह वी दस देणा चाहुंदे हां कि साडे स्टूडियो दा नंबर 0164-242-3031 डायल करके ਉਹ ਡਾਕਟਰ ਸਾਹਿਬ ਤੋਂ ਆਪਣੇ ਬਣਦੇ ਸਵਾਲ ਹੈ ਜਿਹੜੇ ਉਹ ਇਸ ਵਿਸ਼ੇ ਦੇ ਸੰਬੰਧ ਦੇ ਵਿੱਚ ਲੈ ਸਕਦੇ ਆ। ਡਾਕਟਰ ਸਾਹਿਬ ਇਸ ਦੇ ਨਾਲ ਹੀ ਆਪਾਂ ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ, ਖਾਸ ਕਰਕੇ ਮੂੰਗੀ ਦੀ ਜੇਕਰ ਗੱਲ ਕਰੀਏ। ਬੇਸ਼ੱਕ ਤਾਂ ਸਾਨੂੰ ਇਸ ਗੱਲ ਨੂੰ ਜਾਣਨ ਦੀ ਲੋੜ ਹੈ ਕਿ ਦਾਲਾਂ ਦੀ ਸਾਡੇ ਜੀਵਨ ਦੇ ਵਿੱਚ ਕੀ ਮਹੱਤਤਾ ਹੈ, ਪਰ ਖਾਸ ਜੇਕਰ ਮੂੰਗੀ ਦੀ ਗੱਲ ਕਰੀਏ ਤਾਂ ਇਸ ਦੀ ਕੀ ਮਹੱਤਤਾ ਹੈ? ਗੁਰਲੀਨ ਜੀ ਦੇਖੋ ਕਿ ਕਿਉਂਕਿ ਦਾਲਾਂ ਜਿਹੜੀਆਂ ਹੈਗੀਆਂ ਉਹ ਬਹੁਤ ਪ੍ਰੋਟੀਨ ਹੈਗਾ ਜਿਹੜਾ ਆਪਾਂ ਨੂੰ ਆਪਾਂ ਚਾਹੁੰਦੇ ਹਾਂ ਕਿ ਆਪਣੇ ਜਿਹੜੇ ਖਾਣੇ ਦੇ ਵਿੱਚ ਸਾਰੀਆਂ ਚੀਜ਼ਾਂ ਹੋਣ, ਚਾਹੇ ਉਹ ਕਾਰਬੋਹਾਈਡਰੇਟ ਹੈ, ਪ੍ਰੋਟੀਨ ਹੈ ਜਾਂ ਫੈਟ ਹੈਗੇ ਆ, ਤਾਂ ਇਸ ਲਈ ਜਿਹੜੀ ਦਾਲਾਂ ਹੈਗੀਆਂ ਉਹ ਜਿਹੜੀਆਂ ਪ੍ਰੋਟੀਨ ਦਾ ਪ੍ਰਮੁੱਖ ਜਿਹੜਾ ਸਰੋਤ ਹਨ, ਇਸ ਕਰਕੇ ਦਾਲਾਂ ਜਿਹੜੀਆਂ ਆਪਾਂ ਨੂੰ ਬਹੁਤ ਜ਼ਰੂਰੀ ਹੈ ਖਾਣੀਆਂ ਜੀ। ਤੇ ਵੈਸੇ ਆਪਾਂ ਦੇਖਿਆ ਕਿ ਜਿਹੜੀ ਰਾਸ਼ਟਰੀ ਨੈਸ਼ਨਲ ਮਿਸ਼ਨ ਆ ਉਹਨਾਂ ਦੇ ਅਕੋਰਡਿੰਗ ਇਹ ਹੈ ਕਿ ਆਪਾਂ ਨੂੰ ਹਰੇਕ ਮਨੁੱਖ ਨੂੰ ਜਿਹੜੀ 30 ਗ੍ਰਾਮ ਦਾਲਾਂ ਤੱਕ ਦਾ ਸੇਵਨ ਕਰਨਾ ਚਾਹੀਦਾ ਜੇ ਨਾਨ ਵੈਜੀਟੇਰੀਅਨ ਹੋ ਜੀ, ਤੇ ਜੇ ਸ਼ਾਕਾਹਾਰੀ ਹੋ ਤਾਂ ਤੁਹਾਨੂੰ 60 ਗ੍ਰਾਮ ਦਾਲਾਂ ਜਿਹੜੀਆਂ ਰੋਜ਼ ਵਰਤਣੀਆਂ ਚਾਹੀਦੀਆਂ ਆਪਣੀ ਰੋਜ਼ਮਰਾ ਜੀ। ਡਾਕਟਰ ਸਾਹਿਬ ਬੜੀ ਵਧੀਆ ਗੱਲ ਦੱਸੀ ਕਿ ਜੇਕਰ ਸ਼ਾਕਾਹਾਰੀ ਸਾਡੇ ਕਿਸਾਨ ਵੀਰ ਨੇ ਜਾਂ ਕੋਈ ਵੀ ਜਿਹੜਾ ਇਨਸਾਨ ਜਿਹੜਾ ਸ਼ਾਕਾਹਾਰੀ ਭੋਜਨ ਖਾਂਦਾ ਹੈਗਾ ਉਹ 60% ਦੀ ਦਾਲਾਂ ਦਾ ਸੇਵਨ ਹੈ ਜਿਹੜਾ 60 ਗ੍ਰਾਮ ਦਿਨ ਦੀ ਦਾਲ ਖਾਣੀ ਹੈ, ਕਿਉਂਕਿ ਸ਼ਾਕਾਹਾਰੀ ਹੈ ਉਹਨਾਂ ਦਾ ਮੁੱਖ ਸੋਰਸ ਜਿਹੜਾ ਹੈਗਾ ਸਰੋਤ ਹੈਗਾ ਉਹ ਦਾਲਾਂ ਹੀ ਹੈ, ਜਿਹੜੇ ਦੂਸਰੇ ਸ਼ਾਕਾਹਾਰੀ ਤੋਂ ਬਿਨਾਂ ਹੈ ਮਾਸਾਹਾਰੀ ਹੈ ਉਹਨਾਂ, ਕਿਉਂਕਿ ਮੱਛੀ ਤੋਂ ਵੀ ਮਿਲ ਜਾਂਦਾ ਜਾਂ ਦੂਸਰੇ ਚੀਜ਼ਾਂ ਤੋਂ ਵੀ ਆਪਾਂ ਨੂੰ ਜਿਹੜਾ ਹੈਗਾ ਪ੍ਰੋਟੀਨ ਮਿਲ ਜਾਂਦਾ, ਪਰ ਸ਼ਾਕਾਹਾਰੀ ਲੋਕਾਂ ਲਈ ਦਾਲ ਹੀ ਹੈ ਜਿਹਦਾ ਮੁੱਖ ਸੋਮਾ ਜਿਹੜਾ ਹੈਗਾ ਪ੍ਰੋਟੀਨ ਉਹਨਾਂ ਨੂੰ ਉੱਥੋਂ ਮਿਲਦਾ ਹੈਗਾ ਜੀ। ਇਸ ਦੇ ਨਾਲ ਹੀ ਜੇਕਰ ਅਸੀਂ ਕਾਸ਼ਤ ਦੇ ਵੱਲ ਆਈਏ ਜਿਹੜਾ ਸਾਡਾ ਅੱਜ ਖਾਸ ਵਿਸ਼ਾ ਹੈ ਜਿਸ ਨੂੰ ਅਸੀਂ ਸਾਂਝਾ ਕਰਨਾ, ਤਾਂ ਮੌਸਮ ਦੇ ਵਿੱਚ ਬਦਲਾਅ ਜਿਹੜਾ ਉਹ ਨਿਰੰਤਰ ਆ ਰਿਹਾ ਹੈ, ਤਾਂ ਫਿਰ ਜੇਕਰ ਮੂੰਗੀ ਦੀ ਕਾਸ਼ਤ ਦੀ ਗੱਲ ਕਰੀਏ ਤਾਂ ਕਿਹੋ ਜਿਹਾ ਮੌਸਮ ਹੈ ਜਿਹੜਾ ਉਹ ਵਧੇਰੇ ਢੁਕਵਾਂ ਮੰਨਿਆ ਜਾਂਦਾ? ਮੂੰਗੀ ਦੀ ਕਾਸ਼ਤ ਲਈ ਸਾਨੂੰ ਜਿਹੜਾ ਗਰਮ ਜਲਵਾਯੂ ਚਾਹੀਦਾ ਹੈ, ਤੇ ਜਿਹੜਾ ਹੁਣ ਇਸ ਟਾਈਮ ਜਿਹੜਾ ਆਪਣਾ ਤਾਪਮਾਨ ਹੈਗਾ 30 ਤੋਂ ਉੱਪਰ ਹੋ ਗਿਆ ਜਿੱਦਾਂ ਆਪਾਂ ਪਤਾ, ਤਾਂ ਇਹ ਇਹਦੇ ਲਈ ਬਹੁਤ ਹੀ ਢੁਕਵਾਂ ਹੈਗਾ, ਤਾਂ ਇਸ ਕਰਕੇ ਆਪਾਂ ਜਿਹੜਾ ਇਹਦਾ ਬਿਜਾਈ ਦਾ ਸਮਾਂ ਵੀ ਜਿਹੜਾ ਹੈ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਆਪਾਂ ਕਹਿ ਦਿੰਦੇ ਹਾਂ ਕਿ ਇਹਦੀ ਬਿਜਾਈ ਕਰਨੀ ਹੈ, ਉਸ ਟਾਈਮ ਜਿਹੜਾ ਇਹ ਤਾਪਮਾਨ ਹੁੰਦਾ ਇਹਦੇ ਲਈ ਬਹੁਤ ਵਧੀਆ ਰਹਿੰਦਾ ਜੀ। ਇਸ ਤੋਂ ਇਲਾਵਾ ਵੀ ਕੋਈ ਮੌਸਮ ਦੀਆਂ ਤਬਦੀਲੀਆਂ ਦਾ ਵੀ ਪ੍ਰਭਾਵ ਹੈ ਜਿਹੜਾ ਉਹ ਇਸ ਫਸਲ ਤੇ ਪੈਂਦਾ? ਹਾਂਜੀ, ਇਹਦੇ ਚ ਕਿਉਂਕਿ ਆਪਾਂ ਨੂੰ ਵੇਖਿਆ ਕਿ ਜਿਹੜਾ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਆ ਰਿਹਾ ਹੈਗਾ, ਤਾਂ ਇਹਦੇ ਲਈ ਆਪਾਂ ਇਹ ਦੇਖਣਾ ਕਿ ਜਿਹੜਾ ਆਪਣਾ ਇਹਦਾ ਬਿਜਾਈ ਦਾ ਸਮਾਂ ਹੈ ਉਹ ਬਹੁਤ ਸੋਚ ਸਮਝ ਕੇ ਚੁਣਨਾ ਹੈ, ਜੇ ਆਪਾਂ ਲੇਟ ਕਰ ਦਿੰਦੇ ਹਾਂ ਬਿਜਾਈ ਤਾਂ ਬਾਅਦ ਚ ਇਹ ਹੋ ਸਕਦਾ ਕਿ ਵਾਢੀ ਟਾਈਮ ਤੇ ਜਿਹੜੀਆਂ ਬਾਰਿਸ਼ਾਂ ਸਟਾਰਟ ਹੋ ਜਾਣ ਤਾਂ ਉਹਦੇ ਕਰਕੇ ਜਿਹੜਾ ਆਪਣਾ ਸਾਰਾ ਕੀਤਾ ਕਰਾਇਆ ਉਹ ਖਰਾਬ ਨਾ ਹੋ ਜੇ, ਫਲੀਆਂ ਸਾਰੀਆਂ ਖਰਾਬ ਹੋਣ ਦੇ ਜੀ। ਇਸ ਦੇ ਨਾਲ ਹੀ ਕਿਸਾਨ ਵੀਰਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਸਟੂਡੀਓ ਦਾ ਨੰਬਰ 0164-242-3031 ਡਾਇਲ ਕਰਕੇ ਅੱਜ ਦੇ ਪ੍ਰੋਗਰਾਮ ਜਿਸ ਦਾ ਵਿਸ਼ਾ ਹੈ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਦੇ ਸੰਬੰਧ ਵਿੱਚ ਜੇ ਕੋਈ ਵੀ ਸਵਾਲ ਪੁੱਛਣੇ ਚਾਹੁੰਦੇ ਆ ਤਾਂ ਡਾਕਟਰ ਸੁਖਦੀਪ ਕੌਰ ਜੀ ਤੋਂ ਆਪਣੇ ਸਵਾਲ ਹੈ ਜਿਹੜੇ ਉਹ ਪੁੱਛ ਸਕਦੇ ਆ। ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਕਿ ਖਾਸ ਸਮਾਂ ਜਿਹੜਾ ਉਹ ਨਿਰਧਾਰਿਤ ਕੀਤਾ ਜਾਂਦਾ ਹੈ ਕਿਸੇ ਵੀ ਫਸਲ ਦੀ ਕਾਸ਼ਤ ਵਾਸਤੇ, ਜੇਕਰ ਉਸ ਤੋਂ ਕੁਝ ਲੇਟ ਹੁੰਦੇ ਆ ਤਾਂ ਕਿਤੇ ਨਾ ਕਿਤੇ ਮੌਸਮ ਦੀਆਂ ਤਬਦੀਲੀਆਂ, ਮੌਸਮ ਦਾ ਬਦਲਣਾ ਜਿਹੜਾ ਉਹ ਉਸ ਫਸਲ ਨੂੰ ਖਰਾਬ ਕਰ ਸਕਦਾ, ਤਾਂ ਕੀ ਕੋਈ ਖਾਸ ਜ਼ਮੀਨ ਜਾਂ ਜ਼ਮੀਨ ਦੀ ਤਿਆਰੀ ਵੀ ਇਸ ਕਾਸ਼ਤ ਦੇ ਵਿੱਚ ਕੋਈ ਭੂਮਿਕਾ ਜਿਹੜੀ ਉਹ ਨਿਭਾਉਂਦੀ ਹੈ?
हां जी गुरलीन जी, ए सब तो पहला ये देखना के तुसी मिट्टी जेडी तुहाडे खेत दी किहो जी है जी। ते एदे लई सब तो पहला है कि ज्यादा पानी नहीं खड़ा होना चाहिए, मतलब के भारियां जमीना नहीं होनिया चाहीदियां, जल निकासी जेडी ओदी पूरी होनी चाहीदी है, ते जेडी एदी मिट्टी जेडी हैगी है ओहो रेतली भल वाली या भल वाली जेडी जमीन होनी चाहीदी है, या फिर कलराठियां जमीना नहीं होनिया चाहीदियां, या फिर जिथे सेम वाला इलाका है जिथे पानी खड़ता है उन्हां जमीना च आपां मूंगी दी कश्त नहीं कर सकते जी। ਰਿਸ਼ਭ ਜਿਵੇਂ ਕਿ ਤੁਸੀਂ ਦੱਸਿਆ ਕਿ ਚੰਗੀ ਜਲ ਨਿਕਾਸੀ ਵਾਲੀਆਂ ਜ਼ਮੀਨਾਂ ਨੇ ਤਾਂ ਉਹ ਕਿਤੇ ਨਾ ਕਿਤੇ ਵਧੇਰੇ ਚੰਗੀਆਂ ਮੰਨੀਆਂ ਜਾਂਦੀਆਂ, ਜਦਕਿ ਬਾਕੀ ਖਾਸ ਕਰਕੇ ਜਿਵੇਂ ਕਿ ਤੁਸੀਂ ਸੇਮ ਇਲਾਕੇ ਦੀ ਗੱਲ ਕੀਤੀ, ਕੀ ਇਹਨਾਂ ਇਲਾਕਿਆਂ ਦੇ ਵਿੱਚ ਬਿਲਕੁਲ ਹੀ ਜਿਹੜੀ ਮੂੰਗੀ ਦੀ ਕਾਸ਼ਤ ਉਹ ਕਿਸਾਨ ਵੀਰ ਨਹੀਂ ਕਰ ਸਕਦੇ? ਨਹੀਂ ਜੇ ਇਹਨੂੰ ਪਾਣੀ ਜਿਹੜਾ ਹੈਗਾ ਇੰਨਾ ਨਹੀਂ ਚਾਹੀਦਾ ਗਾ, ਜਿੱਦਾਂ ਆਪਾਂ ਝੋਨੇ ਜੇ ਆਪਾਂ ਕਹਿੰਦੇ ਹਾਂ ਕਿ ਸੇਮ ਵਾਲਾ ਇਲਾਕਾ ਵਧੀਆ ਜੀ, ਕਿਉਂਕਿ ਇਹਦੀਆਂ ਜੜਾਂ ਜਿਹੜੀਆਂ ਹੈਗੀਆਂ ਉਹ ਗਲ ਜਾਣਗੀਆਂ ਜੇ ਜਿਆਦਾ ਪਾਣੀ ਖੜਾ ਹੋਊਗਾ, ਤਾਂ ਕਰਕੇ ਆਪਾਂ ਇਹ ਇਲਾਕਿਆਂ ਦੇ ਵਿੱਚ ਆਪਾਂ ਮੂੰਗੀ ਜਿਹੜੀ ਹੈ ਕਹਿੰਦੇ ਨਹੀਂ ਲਾਉਣੀ ਚਾਹੀਦੀ ਜੀ। ਰਿਸ਼ਭ ਇਸ ਦੇ ਨਾਲ ਇੱਕ ਫਸਲੀ ਚੱਕਰ ਹੈ ਜਿਹੜਾ ਉਹ ਵੀ ਕਿਸਾਨ ਵੀਰਾਂ ਦੀ ਜ਼ਿੰਦਗੀ ਦੇ ਵਿੱਚ ਕਿਹੜੀ ਭੂਮਿਕਾ ਨਿਭਾਉਂਦਾ ਹੈ, ਤਾਂ ਇਸ ਦਾ ਫਿਰ ਫਸਲੀ ਚੱਕਰ ਕੀ ਬਣਦਾ? ਜੀ ਇਹ ਅੱਜ ਕੱਲ ਜਿਵੇਂ ਕਿ ਜਮਾਨਾ ਹੈ ਕਿ ਆਪਾਂ ਇੱਕ ਤੋਂ ਮਤਲਬ ਪਹਿਲਾਂ ਤਾਂ ਆਪਾਂ ਸਾਲ ਚ ਦੋ ਫਸਲਾਂ ਲੈਂਦੇ ਸੀ ਮੇਨ, ਹੁਣ ਜਿਹੜੀ ਇਹ ਮੂੰਗੀ ਹੈਗੀ ਹੈ ਖਾਸ ਕਰਕੇ ਜਿਹੜੀ ਗਰਮ ਰੁੱਤ ਦੀ ਮੂੰਗੀ ਹੈਗੀ ਹੈ ਕਿਉਂਕਿ ਟਾਈਮ ਵੀ ਘੱਟ, ਸਮਾਂ ਇਹਦਾ 60 ਦਿਨ ਦੀ ਜਿਹੜੀ ਹੈਗੀ ਫਸਲ ਹੈ, ਤਾਂ ਇਹ ਤਿੰਨ ਫਸਲਾਂ ਆਪਾਂ ਜੇ ਇਹਦੀ ਕਾਸ਼ਤ ਕਰਦੇ ਹਾਂ ਤਾਂ ਆਪਾਂ ਤਿੰਨ ਫਸਲਾਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਤਿੰਨ ਫਸਲਾਂ ਪਾਲ ਸਕਦੇ ਹਾਂ, ਤੇ ਇਹਦੇ ਨਾਲ ਦੇਖੋ ਤੁਹਾਡਾ ਮੁਨਾਫਾ ਕਿੰਨਾ ਵਧੂਗਾ ਜੀ। ਤੇ ਇੱਕ ਜਿਹੜੀ ਇਹ ਜਿਹੜੀ ਮੂੰਗੀ ਹੈਗੀ ਹੈ ਇਹ ਆਪਣੀ ਜਿਹੜੀ ਜੜਾਂ ਹੈਗੀਆਂ ਇਹਦੀਆਂ ਇਹ ਲੈਗਿਊਮੀਨਸ ਕਰੋਪ ਹੈ ਜਿਹੜੀ ਇਹਦੇ ਨਾਲ ਇਹ ਨਾਈਟ੍ਰੋਜਨ ਨੂੰ ਜਿਹੜੀ ਫਿਕਸ ਕਰਦੀ ਹੈ ਇਹਦੀਆਂ ਜੜਾਂ ਜੀ, ਤਾਂ ਇਹ ਆਪਣੇ ਲਈ ਇੱਕ ਤਰ੍ਹਾਂ ਬਹੁਤ ਮਦਦ ਕਰਦੀ ਹੈ ਕਿਉਂਕਿ ਇਹਨੂੰ ਖਾਦਾਂ ਬਹੁਤ ਘੱਟ ਲੋੜ ਹੈਗੀ ਹੈ, ਤੇ ਇਹਦੇ ਫਸਲੀ ਚੱਕਰ ਚ ਜਿੱਥੇ ਵੀ ਆਪਾਂ ਝੋਨਾ ਹੈਗਾ ਉਸ ਤੋਂ ਬਾਅਦ ਆਪਾਂ ਕਣਕ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਇਹ ਮੂੰਗੀ ਦੀ ਕਾਸ਼ਤ ਕਰ ਸਕਦੇ ਹਾਂ, ਜਾਂ ਫਿਰ ਆਪਾਂ ਕਮਾਦ ਹੈ ਉਸ ਤੋਂ ਬਾਅਦ ਕਣਕ ਹੈ ਤਾਂ ਉਸ ਤੋਂ ਬਾਅਦ ਆਪਾਂ ਫਿਰ ਇਹ ਲਗਾ ਸਕਦੇ ਹਾਂ ਮੂੰਗੀ, ਜਾਂ ਫਿਰ ਆਲੂ ਤੋਂ ਬਹੁਤ ਹੀ ਜ਼ਿਆਦਾ ਪ੍ਰਚਲਿਤ ਹੋਈ ਹੈ ਕਿ ਆਪਾਂ ਮੂੰਗੀ ਦੀ ਕਾਸ਼ਤ ਕਰ ਸਕਦੇ ਹਾਂ ਜਿੱਥੇ ਆਪਾਂ ਆਲੂ ਲਗਾ ਰਹੇ ਹਾਂ ਜੀ। ਰਿਸ਼ਭ ਜਿਵੇਂ ਕਿ ਤੁਸੀਂ ਦੱਸਿਆ ਕਿ ਵੱਖ ਵੱਖ ਫਸਲਾਂ ਤੋਂ ਬਾਅਦ ਇਸ ਦੀ ਕਾਸ਼ਤ ਹੈ ਜਿਹੜੀ ਉਹ ਕੀਤੀ ਜਾਂਦੀ ਹੈ, ਤੇ ਕਿਤੇ ਨਾ ਕਿਤੇ ਧਰਤੀ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਪੂਰਾ ਕਰਨ ਦੇ ਲਈ ਇੱਕ ਚੰਗੀ ਜਾਂ ਲਾਹੇਵੰਦ ਅਸੀਂ ਕਹਿ ਜਾਈਏ ਸਿੱਧ ਹੁੰਦੀ ਹੈ, ਤਾਂ ਜੇਕਰ ਨਾਈਟ੍ਰੋਜਨ ਦੀ ਕਿਤੇ ਨਾ ਕਿਤੇ ਪੂਰਤੀ ਹੁੰਦੀ ਹੈ ਤਾਂ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਸੁਭਾਵਿਕ ਹੀ ਵੱਧਦੀ ਹੈ ਜੀ। ਤਾਂ ਕੀ ਕੋਈ ਖਾਸ ਕਿਸਮਾਂ ਵੀ ਨੇ? ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਿਰੰਤਰ ਸਾਡੇ ਕਿਸਾਨ ਵੀਰਾਂ ਨੂੰ ਇਸ ਚੀਜ਼ ਦੇ ਲਈ ਜਾਗਰੂਕ ਕਰਦੀ ਰਹਿੰਦੀ ਹੈ ਕਿ ਕਿਹੜੀਆਂ ਕਿਸਮਾਂ ਦੀ ਕਾਸ਼ਤ ਕਿਸ ਇਲਾਕੇ ਦੇ ਵਿੱਚ ਕੀਤੀ ਜਾਣੀ ਚਾਹੀਦੀ ਹੈ, ਤਾਂ ਕੀ ਇੱਥੇ ਵੀ ਕੋਈ ਉੱਨਤ ਕਿਸਮਾਂ ਇਸ ਫਸਲ ਦੇ ਲਈ ਸੁਝਾਈਆਂ ਗਈਆਂ? ਹਾਂਜੀ ਹਾਂਜੀ, ਕਿਉਂਕਿ ਜਿੱਦਾਂ ਬਾਕੀ ਸਾਰੀਆਂ ਫਸਲਾਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੱਖ ਵੱਖ ਉੱਨਤ ਜਿਹੜੀਆਂ ਕਿਸਮਾਂ ਟਾਈਮ ਤੋਂ ਸਮੇਂ ਸਿਰ ਰਿਲੀਜ਼ ਕੀਤੀਆਂ ਜਾਂਦੀਆਂ, ਉਸੇ ਤਰ੍ਹਾਂ ਜਿਹੜੀਆਂ ਮੂੰਗੀ ਹੈਗੀ ਹੈ ਇਹ ਸੱਠੀ ਮੂੰਗੀ ਦੀਆਂ ਅਲੱਗ ਕਿਸਮਾਂ ਹੈ, ਤੇ ਵੈਸੇ ਆਪਾਂ ਨੂੰ ਪਤਾ ਕਿ ਆਪਾਂ ਦੂਸਰੇ ਸੋਨੀ ਟਾਈਮ ਵੀ ਮੂੰਗੀ ਆਪਾਂ ਬੀਜ ਸਕਦੇ ਹਾਂ, ਉਹਦੀਆਂ ਕਿਸਮਾਂ ਅਲੱਗ ਹੈ, ਇਸ ਕਰਕੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਜਿਹੜੀ ਇਹ ਕਿਸਮਾਂ ਦਾ ਚੁਣਾਅ ਹੈ ਉਹ ਤੁਸੀਂ ਬਹੁਤ ਸੋਚ ਸਮਝ ਕੇ ਕਰਨਾ ਹੈਗਾ ਜੀ। ਤੇ ਜਿਹੜੀਆਂ ਇਹ ਇਹਦੀਆਂ ਕਿਸਮਾਂ ਹੈਗੀਆਂ ਸੱਠੀ ਮੂੰਗੀ ਦੀਆਂ, ਇਹਦੇ ਚ ਚਾਰ ਮੁੱਖ ਕਿਸਮਾਂ ਹੈਗੀਆਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ। ਪਹਿਲੀ ਕਿਸਮ ਹੈ SML 1827। ਕਿਸਾਨ ਵੀਰਾਂ ਨੂੰ ਜਿਹਦੇ ਐਸ ਲੱਗਿਆ ਇਹਦਾ ਮਤਲਬ ਸਮਰ ਹੈਗਾ, ਗਰਮ ਰੁੱਤ ਦੀ ਮੂੰਗੀ ਹੈ। ਜਿਹੜੀਆਂ ਦੂਜੀਆਂ ਮੂੰਗੀ ਦੀਆਂ ਕਿਸਮਾਂ ਹੈਗੀਆਂ ਜਿਹੜੀਆਂ ਆਪਾਂ ਸੋਨੀ ਦੀ ਮੁੱਖ ਫਸਲ ਬੀਜ ਉਹਨਾਂ ਦੇ ਅੱਗੇ ਕੱਲਾ ML ਲੱਗਿਆ ਹੁੰਦਾ, ਕੱਲੀ ਮੂੰਗੀ ਹੁੰਦੀ ਹੈ, ਇਹਦੇ ਅੱਗੇ SML ਲੱਗਿਆ ਹੈਗਾ, ਤੇ ਇਹ ਕਿਸਾਨ ਵੀਰ ਜ਼ਰੂਰ ਧਿਆਨ ਰੱਖਣ। ਇਹਦੇ ਵਿੱਚ ਚਾਰ ਕਿਸਮਾਂ ਦਿੱਤੀਆਂ, SML 1827, TMB 37, SML 832, ਤੇ ਇੱਕ ਬਹੁਤ ਹੀ ਪੁਰਾਣੀ ਉਹ ਸ਼ਾਇਦ ਸਭ ਨੇ ਸੁਣੀ ਹੋਣੀ ਹੈ, SML 668। ਇਹ ਚਾਰ ਜਿਹੜੀਆਂ ਹੈ ਕਿਸਮਾਂ ਆਪਾਂ ਸਿਫਾਰਿਸ਼ ਕੀਤੀਆਂ ਹੋਈਆਂ ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਕਿਸਮਾਂ ਦੀ ਗੱਲ ਕੀਤੀ, ਖਾਸ ਕਰਕੇ ਸਾਡੇ ਕਿਸਾਨ ਵੀਰਾਂ ਨੂੰ ਇਹ ਵੀ ਸੁਝਾਇਆ ਕਿ ਕਿਵੇਂ ਉਹ ਪਹਿਚਾਣ ਹੈ ਜਿਹੜੀ ਉਹ ਕਰ ਸਕਦੇ ਆ ਕਿ ਇਹ ਗਰਮ ਰੁੱਤ ਦੀ ਮੂੰਗੀ ਦੇ ਲਈ ਜਿਹੜਾ ਬੀਜ ਹੈ ਉਹ ਉਹਨਾਂ ਨੂੰ ਉਪਲਬਧ ਹੋ ਰਿਹਾ ਹੈਗਾ, ਤੇ ਕਿਵੇਂ ਉਹ ਇਸ ਦੀ ਚੋਣ ਚੰਗੇ ਤਰੀਕੇ ਦੇ ਨਾਲ ਕਰ ਸਕਦੇ ਆ। ਤਾਂ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਅਸੀਂ ਬੀਜ ਹੈ ਜਾਂ ਜਿਹੜੀ ਕਿਸਮ ਬੀਜਣੀ ਚਾਹੁੰਦੇ ਹਾਂ, ਕਿੰਨਾ ਝਾੜ ਸਾਨੂੰ ਉਸ ਤੋਂ ਮਿਲਣਾ, ਇਹ ਸਭ ਕੁਝ ਨਿਰਧਾਰਿਤ ਕਰਨ ਤੋਂ ਬਾਅਦ ਖੇਤ ਦੀ ਤਿਆਰੀ ਹੈ ਜਿਹੜੀ ਉਹ ਬਹੁਤ ਅਹਿਮ ਭੂਮਿਕਾ ਜਿਹੜੀ ਉਹ ਨਿਭਾਉਂਦੀ ਹੈ, ਤਾਂ ਖੇਤ ਦੀ ਤਿਆਰੀ ਵੇਲੇ ਕਿਸਾਨ ਵੀਰ ਕਿੰਨਾ ਗੱਲਾਂ ਦਾ ਖਾਸ ਖਿਆਲ? ਹਾਂਜੀ,
खेत की तैयारी अपना बहुत वधिया तरीके करनी है, क्योंकि जेड़ा अपा जे खेत ही वधिया तैयार होगा तो अगे अपनी फसल वधिया होगी। इसलिए अपा जेड़ा खेत तैयार करने लिए इन्हें 2-3 बारी वाहना है ताकि जेड़ा खेत हैगा पूरा नदीन रहत हो जाए, कोई उहदे च नदीन ना हो, क्योंकि जे नदीन रहेंगे तो वह बाद दे विच दालां दे विच नुकसान करनगे, उहदे झाड़ ते असर पवेगा। 2-3 वाहियां करनिया, उस तो बाद अपना एक बार सुहागा ला के खेत अपना नदीन रहत कर लेना, उस तो बाद अपना खेत जेड़ा है बिजाई लई तैयार है। जी ते डॉक्टर साहब, इसदे नाल बीज दी जेड़ी मात्रा है वह किन्नी रखी जानी चाहिए है? जी, इहदे विच आपां जिवें पहले ही दस्या कि जेड़ियां इह 4 किस्मां हैगियां है, इन्हां दे विच जेड़ियां 3 किस्मां है SML 832 ਤੇ SML 1827 TMB ਜਿਹੜੀ 37 ਨੰਬਰ ਹੈ, ਇਹਨਾਂ ਦਾ ਜਿਹੜਾ ਬੀਜ ਹੈਗਾ ਉਹ ਆਪਾਂ 12 ਕਿਲੋ ਪਾਉਣਾ ਹੈ। ਤੇ ਜਿਹੜੀ ਆਪਣੀ ਦੂਜੀ ਕਿਸਮ ਹੈ SML 668 ਉਹਦਾ ਦਾਣਾ ਜਿਹੜਾ ਥੋੜਾ ਜਿਹਾ ਮੋਟਾ ਹੁੰਦਾ ਤਾਂ ਉਹਦਾ ਜਿਹੜਾ ਬੀਜ ਦੀ ਮਾਤਰਾ ਥੋੜੀ ਜ਼ਿਆਦਾ ਪੈਂਦੀ। ਜੀ, ਇਸ ਦੇ ਨਾਲ ਹੀ ਕਿਸਾਨ ਵੀਰਾਂ ਨੂੰ ਦੱਸ ਦਈਏ ਕਿ ਵੱਖ ਵੱਖ ਬੀਜ ਦੀ ਜਿਹੜੀ ਮਾਤਰਾ ਹੈਗੀ ਉਹ ਅਸੀਂ ਇਸ ਦੌਰਾਨ ਵਰਤ ਸਕਦੇ ਹਾਂ, ਖਾਸ ਕਰਕੇ SML 1827 ਦੇ ਨਾਲ ਨਾਲ 668 ਦੀ ਗੱਲ ਕੀਤੀ ਗਈ, ਜਿਸ ਦੇ ਵਿੱਚ ਅਸੀਂ 12 ਕਿਲੋ ਬੀਜ ਦੀ ਵਰਤੋਂ ਹੈ ਜਿਹੜੀ ਉਹ ਕਰਨੀ ਹੈ। ਤੇ ਕਿਸਾਨ ਵੀ ਇਸ ਗੱਲ ਤੋਂ ਵੀ ਭਲੀ ਭਾਂਤੀ ਜਾਣਨੇ ਕਿ ਜੇਕਰ ਬੀਜ ਸਾਡੇ ਕੋਲ ਮੋਟਾ ਹੈਗਾ ਤਾਂ ਉਸਦੀ ਮਾਤਰਾ ਜਿਹੜੀ ਉਹ ਵੱਧ ਪੈਂਦੀ ਹੈਗੀ। ਇਸ ਦੇ ਨਾਲ ਹੀ ਡਾਕਟਰ ਸਾਹਿਬ, ਇੱਕ ਕਿਸਾਨ ਵੀ ਸਾਡੇ ਨਾਲ ਲਾਈਨ ਤੇ ਜੁੜੇ ਨੇ, ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ। ਸਵਾਲ ਕੀ ਹੈ ਜੀ ਤੁਹਾਡਾ? जी हाँ जी, जी पहली बार ये बीजना चाह रहे जी, थोड़ा जो जवाब है थोड़े रेडियो सेट से जानी कि मोबाइल के उ जिथे भी तुसी साडा रेडियो सुन रहे हो उथे प्राप्त हो। जी जी जी, तो साडा जवाब है जो तुसी उथे ही सुन सकते हो जी। धन्यवाद स्टूडियो दे विच कॉल करन लई। ਡਾਕਟਰ ਸਾਹਿਬ, ਜੇਕਰ ਅਸੀਂ ਇਸ ਸਵਾਲ ਦੀ ਵੱਲ ਆਈਏ, ਜਿਵੇਂ ਕਿ ਇਹਨਾਂ ਨੇ ਕਿਹਾ ਕਿ ਪਹਿਲੀ ਵਾਰ ਇਹ ਕਾਸ਼ਤ ਹੈ ਜਿਹੜੀ ਉਹ ਕਰਨੀ ਚਾਹੁੰਦੇ ਆ, ਤੇ ਕਿਹੜਾ ਬੀਜ ਹੈ ਉਹ ਉਸ ਕਿਸਾਨ ਦੇ ਲਈ ਵਧੀਆ ਰਹੂਗਾ ਜਿਸਨੇ ਪਹਿਲੀ ਵਾਰ ਕਾਸ਼ਤ ਕਰਨੀ? ਜੀ, ਜਿਵੇਂ ਕਿ ਗੁਰਲੀਨ ਜੀ ਆਪਾਂ ਪਹਿਲਾਂ ਹੀ ਦੱਸਿਆ ਕਿ ਜਿਹੜੀਆਂ 4 ਕਿਸਮਾਂ ਹੈਗੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ, ਤਾਂ ਇਹਦੇ ਲਈ ਇਹਨਾਂ ਨੂੰ ਚਾਹੀਦਾ ਕਿ ਜਿਹੜੀ SML 1827 ਹੈਗੀ ਆ ਉਹ ਬੀਜ ਬਹੁਤ ਵਧੀਆ, ਕਿਉਂਕਿ ਉਹ ਨਵੀਂ ਕਿਸਮ ਹੈ ਜੀ, ਉਹਦੇ ਵਿੱਚ ਕੋਈ ਵੀ ਹਜੇ ਤੱਕ ਕੋਈ ਸਮੱਸਿਆ ਨਹੀਂ ਆਈ, ਕੋਈ ਮਤਲਬ ਰੋਗ ਨਹੀਂ, ਉਹਨੂੰ ਬਹੁਤ ਘੱਟ ਲੱਗਦੇ ਆ, ਤਾਂ ਇਹਨਾਂ ਨੂੰ ਚਾਹੀਦਾ ਕਿ ਉਹ ਵੀ ਇਹ ਜਰੂਰ ਲੈਣ। ਉਹ ਯੂਨੀਵਰਸਿਟੀ ਦੇ ਗੇਟ ਨੰਬਰ 1 ਦੀ ਜਿਹੜੀ ਦੁਕਾਨ ਹੈਗੀ ਉੱਥੋਂ ਵੀ ਮਿਲ ਜਾਣਗੇ ਇਹਨਾਂ ਨੂੰ, ਜਾਂ ਫਿਰ ਕਿਸੇ ਵੀ ਜਾਂ ਸਰਕਾਰੀ ਅਦਾਰੇ ਤੋਂ ਲੈ ਸਕਦੇ ਆ, ਜਾਂ ਜੇ ਬਾਹਰੋਂ ਲੈਣਾ ਚਾਹੁੰਦੇ ਆ ਬਾਹਰੋਂ ਵੀ ਲੈ ਸਕਦੇ ਆ ਇਹ ਜੀ, ਤੇ ਉਹਦੀ ਕਾਸ਼ਤ ਕਰ ਸਕਦੇ। ਪਰ ਇੱਕ ਗੱਲ ਮੈਂ ਇਹਨਾਂ ਨੂੰ ਹੋਰ ਕਹਿਣੀ ਚਾਹੁੰਦੀ ਹਾਂ ਕਿ ਇਹ ਪਹਿਲੀ ਵਾਰ ਕਰ ਰਹੇ ਆ ਤਾਂ ਇੱਕ ਇਹ ਰਾਈਜ਼ੋਬੀਅਮ ਦਾ ਟੀਕਾ ਹੁੰਦਾ, ਜੀਵਾਣੂ ਖਾਦ ਕਹਿੰਦੇ ਆ ਜਿਹਨੂੰ, ਉਹ ਜਰੂਰ ਲਾਣ, ਉਹਦੇ ਨਾਲ ਝਾੜ ਤੇ ਬਹੁਤ ਵਧੀਆ ਫਰਕ ਪੈਂਦਾ। 10% ਅਸੀਂ ਕਹਿੰਦੇ ਆ ਕਿ ਉਹਦੇ ਨਾਲ ਝਾੜ ਵਧਣ ਦਾ ਹੁੰਦਾ ਹੈਗਾ, ਤਾਂ ਇਸ ਕਰਕੇ ਇਹ ਜਰੂਰ ਲਾਣ। ਉਹਦੇ ਕੋਈ ਜ਼ਿਆਦਾ ਕੀਮਤ ਵੀ ਨਹੀਂ, ਇੱਕ ਪੈਕਟ ਜਿਹੜਾ 1 ਕਿੱਲੇ ਬੀ ਪਿੱਛੇ ਲਾਣਾ ਉਹਦੀ 40 ਰੁਪਏ ਹੀ ਕੀਮਤ ਹੈ ਜੀ, ਤਾਂ ਉਹ ਇਹਨਾਂ ਜਰੂਰ ਵਰਤਣਾ ਚਾਹੀਦਾ ਜੀ। ਡਾਕਟਰ ਸਾਹਿਬ, ਜਿਵੇਂ ਕਿ ਮੈਂ ਜੀਵਾਣੂ ਖਾਦ ਦਾ ਜਿਹੜਾ ਸਵਾਲ ਹੈ ਤੁਹਾਡੇ ਤੋਂ ਲੈਣਾ ਚਾਹੁੰਦੀ ਸੀ ਜੀ, ਤਾਂ ਕਿਤੇ ਨਾ ਕਿਤੇ ਇਸ ਸਵਾਲ ਦੇ ਨਾਲ ਜਿਹੜਾ ਸਾਡਾ ਜਵਾਬ ਹੈ ਉਹ ਲਗਭਗ ਮਿਲ ਗਿਆ, ਤਾਂ ਕੀ ਕਿਸੇ ਕਿਸਮ ਦੀ ਕੋਈ ਹੋਰ ਜੀਵਾਣੂ ਖਾਦ ਨਹੀਂ ਹੈ ਜਿਸ ਦੀ ਵਰਤੋਂ ਜਿਹੜੀ ਮੂੰਗੀ ਦੀ ਕਾਸ਼ਤ ਵਿੱਚ ਕੀਤੀ ਜਾ ਸਕਦੀ? ਇਹਦੇ ਵਿੱਚ ਇਹ ਹੈ ਕਿ ਜਿਹੜਾ ਜੀਵਾਣੂ ਖਾਦ ਆ ਉਹ ਹਰ ਫਸਲ ਲਈ ਅਲੱਗ ਹੈਗਾ ਜੀ, ਇਸ ਕਰਕੇ ਜੇ ਵੀ ਜੇ ਕਿਸਾਨ ਵੀਰ ਕੋਈ ਮੂੰਗੀ ਲਾ ਰਿਹਾ ਤਾਂ ਉਹਨੇ ਉੱਥੇ ਜਾ ਕੇ ਪਹਿਲਾਂ ਇਹ ਕਹਿਣਾ ਕਿ ਸਾਨੂੰ ਮੂੰਗੀ ਦਾ ਜਿਹੜਾ ਹੈਗਾ ਉਹ ਟੀਕਾ ਚਾਹੀਦਾ। ਇਹਦੇ ਲਈ ਮੂੰਗੀ ਲਈ ਰਾਈਜ਼ੋਬੀਅਮ ਦਾ ਇੱਕ ਟੀਕਾ ਹੈਗਾ, ਇੱਕ ਪੈਕਟ ਜਿਹੜਾ ਹੈਗਾ 15 ਜਾਂ 12 ਕਿਲੋ ਜਿਹੜਾ ਵੀ ਆਪਾਂ ਕਿਸਮ ਲਾਉਣੀ ਹੈ ਉਸ ਸਾਰੇ ਤੋਂ ਪੈਕਟ ਲਾਉਣਾ। ਪੈਕਟ ਖਾਦ ਲਾਉਣ ਦਾ ਜਿਹੜਾ ਤਰੀਕਾ ਹੈਗਾ ਉਹ ਇਹ ਹੈ ਕਿ ਪਹਿਲਾਂ ਜਿਹੜਾ ਬੀ ਨੂੰ ਥੋੜਾ ਜਿਹਾ ਗਿੱਲਾ ਕਰ ਲੈਣਾ ਤਾਂ ਹੀ ਖਾਦ ਲੱਗੂਗੀ ਨਾ, ਥੋੜਾ ਗਿੱਲਾ ਕਰਕੇ ਬੀ, ਉਸ ਤੋਂ ਬਾਅਦ ਇਹ ਜੀਵਾਣੂ ਖਾਦ ਤੁਸੀਂ ਹੱਥਾਂ ਨਾਲ ਉਹਦੇ ਤੇ ਮਸਲ ਦੇਣੀ ਹੈ ਜੀ, ਤਾਂ ਕਿ ਉਹ ਸਾਰੇ ਦਾਣਿਆਂ ਦੇ ਉੱਪਰ ਲੱਗ ਜਾਵੇ। ਤੇ ਇਹਨੂੰ ਇਹ ਸਾਰਾ ਕੁਝ ਤੁਸੀਂ ਛਾਂ ਦੇ ਵਿੱਚ ਕਰਨਾ, ਧੁੱਪ ਚ ਨਹੀਂ ਕਰਨਾ, ਤੇ ਉਸ ਤੋਂ 1 ਘੰਟਾ ਇਹਨੂੰ ਤੁਸੀਂ ਛਾਂ ਦੇ ਵਿੱਚ ਸੁਕਾ ਲਿਓ, ਥੋੜਾ ਜਿਹਾ ਗਿੱਲਾ ਜ਼ਿਆਦਾ ਹੋ ਗਿਆ, ਤੇ ਉਸ ਤੋਂ ਬਾਅਦ 1 ਘੰਟੇ ਦੇ ਅੰਦਰ ਅੰਦਰ ਤੁਸੀਂ ਇਹ ਬਿਜਾਈ ਕਰ ਦੇਣੀ ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਕਿਹਾ ਕਿ ਆਪਾਂ ਬੀਜ ਨੂੰ ਜਿਹੜਾ ਗਿੱਲਾ ਕਰਨਾ ਹੈਗਾ, ਕੀ ਇੱਕ ਤਾਂ ਹੁੰਦਾ ਕਿ ਸਿਰਫ ਆਪਾਂ ਧੋ ਕੇ ਬੀਜ ਨੂੰ ਕੱਢ ਲਿਆ, ਜਾਂ ਕੁਝ ਸਮਾਂ ਉਹਨੂੰ ਭਿਓ ਕੇ ਰੱਖਣਾ, ਉਹਨੂੰ ਚੰਗੀ ਤਰ੍ਹਾਂ ਅਸੀਂ ਗਿੱਲਾ ਕਰ? ਨਹੀਂ, ਇਹਨੂੰ ਆਪਾਂ ਭਿਓ ਕੇ ਨਹੀਂ ਰੱਖਣਾ, ਬਸ ਇਹਨੂੰ ਆਪਾਂ ਜਿੰਨਾ ਕੁ ਲੱਗਦਾ ਕਿ ਦਵਾਈ ਲੱਗਣ ਲਈ ਤੁਹਾਨੂੰ ਪਾਣੀ ਚਾਹੀਦਾ ਹੈ, ਮੇਰੇ ਖਿਆਲ ਚ 1 ਜਿਹੜਾ ਕਿੱਲੇ ਦਾ ਜਿਹੜਾ ਬੀ ਹੈ ਉਹਦੇ ਪਿੱਛੇ
300 लीटर पानी क्या है 300 मिली लीटर पानी हैगा उन्ना ही काफी है उदे नाल जेड़ा सारे दाने जेड़े गिले हो जाएंगे ते दवाई जेड़ी सारे है ते वधिया तरीके लग जाएगी जी। डॉक्टर जी मैं बड़ा वधिया जेड़ा ढंग है वो तुसी दस्या इस दे नाल ही किसान वीरां नूं दस देना चाहुंदे कि कोई भी किसान वीर गर्म रुत की मूंगी की काश्त के संबंध में कोई भी सवाल है जो डॉक्टर साहब तो पूछना चाहता तो स्टूडियो का नंबर 0164242341 डायल करके डॉक्टर साहब के संपर्क जो कर सकते हैं। डॉक्टर साहब कितने ना कितने जीवाणु खाद का टीका लाने तो बाद बिजाई का भी कोई खास ढंग तरीका अपनाया जाना चाहिए या आम फसलों के वांग ही जी बिजाई है वह की जा सकती है। ਇਹ ਬਹੁਤ ਵਧੀਆ ਸਵਾਲ ਹੈ ਗੁਰਲੀਨ ਜੀ ਇਹਦੇ ਵਿੱਚ ਕਿਉਂਕਿ ਆਪਾਂ ਜ਼ਿਆਦਾਤਰ ਜਿਹੜੇ ਲੋਕ ਮੂੰਗੀ ਦੀ ਕਾਸ਼ਤ ਕਰ ਰਹੇ ਆ ਉਹ ਤਿੰਨ ਫਸਲਾਂ ਹੀ ਲੈ ਰਹੇ ਆ ਤਾਂ ਇਹਦੇ ਲਈ ਵੈਸੇ ਤਾਂ ਜਿੱਦਾਂ ਆਪਾਂ ਕਹਿ ਕੇ 2 ਤੋਂ 3 ਵਾਹੀਆਂ ਕਰਨ ਨੂੰ ਪਰ ਇੰਨਾ ਟਾਈਮ ਘੱਟ ਮਿਲਦਾ ਹੈ ਤਿੰਨ ਫਸਲਾਂ ਜੇ ਆਪਾਂ ਲੈਣੀਆਂ ਲਗਾਤਾਰ ਤਾਂ ਇਹਦੇ ਲਈ ਜੇ ਤੁਸੀਂ ਕਣਕ ਜਿਹੜੀ ਹੈਗੀ ਹੈ ਕੰਬਾਈਨ ਨਾਲ ਵੱਢੀ ਹੈ ਤਾਂ ਤੁਸੀਂ ਜਿਹੜਾ PAU ਦਾ ਹੈਪੀ ਸੀਡਰ ਆ ਉਹਦੇ ਨਾਲ ਬਿਜਾਈ ਕਰ ਸਕਦੇ ਹੋ ਸਿੱਧੀ ਬਿਜਾਈ ਜਾਂ ਫਿਰ ਤੁਹਾਡਾ ਖੇਤ ਬਿਲਕੁਲ ਖਾਲੀ ਹੈ ਤਾਂ ਤੁਸੀਂ 0-till ਜਿਹੜੀ ਡਰਿੱਲ ਆ ਉਹਦੇ ਨਾਲ ਬਿਜਾਈ ਕਰ ਸਕਦੇ ਹੋ ਜਿਹੜੀ ਬਿਜਾਈ ਆ ਉਹਦੇ ਚ ਜਿਹੜਾ ਜੇ ਆਮ ਬਿਜਾਈ ਕਰਨੀ ਹੈ ਤਾਂ 22.5 ਸੈਂਟੀਮੀਟਰ ਕਣਕ ਵਾਲੀ ਮਸ਼ੀਨ ਨਾਲ ਤੁਸੀਂ ਇਹ ਬਿਜਾਈ ਕਰ ਸਕਦੇ ਹੋ ਤੇ ਜਿਹੜਾ ਬੂਟੇ ਤੋਂ ਬੂਟਾ ਫਾਸਲਾ ਹੈਗਾ ਉਹ 7 ਸੈਂਟੀਮੀਟਰ ਰੱਖਣਾ ਤੇ ਥੋੜਾ ਜਿਹੜੀ ਇਹ ਡੂੰਘੀ ਬੀਜਣੀ ਹੈ 4-6 ਸੈਂਟੀਮੀਟਰ ਜਿਹੜੀ ਡੂੰਘਾਈ ਹੋਣੀ ਚਾਹੀਦੀ ਹੈ ਜੀ। ਰੁਚਬ ਜਿਵੇਂ ਕਿ ਡੂੰਘਾਈ ਦੀ ਗੱਲ ਕੀਤੀ ਤਾਂ ਕੀ ਜਿਹੜਾ ਇਸ ਨੂੰ ਬੀਜਣ ਦਾ ਤਰੀਕਾ ਹੈ ਉਹ ਬੈਡਾਂ ਦੇ ਉੱਤੇ ਵੀ ਕੀਤਾ ਜਾ ਸਕਦਾ ਹੈ ਜਾਂ ਫਿਰ ਅਸੀਂ ਉਹ ਸਿਆੜ ਬਣਾ ਕੇ ਉਹਨਾਂ ਦੇ ਵਿੱਚ ਹੀ ਕਰ ਸਕਦੇ ਹਾਂਜੀ ਆਮ ਰਵਾਇਤੀ ਢੰਗ ਜਿਹੜਾ ਹੈਗਾ ਉਹ ਤਾਂ ਸਿੱਧਾ ਹੀ ਹੈਗਾ ਫਿਰ ਆਪਾਂ ਦੱਸਿਆ ਕਿ 22.5 ਸੈਂਟੀਮੀਟਰ ਦੇ ਤੁਸੀਂ ਫਸਲ ਵਾਲੀ ਨਾਲ ਡਰਿੱਲ ਨਾਲ ਬਿਜਾਈ ਕਰ ਸਕਦੇ ਹੋ ਜੀ। ਤੇ ਜਿਹੜਾ ਦੂਸਰਾ ਅੱਜ ਕੱਲ ਜਿੱਦਾਂ ਪਾਣੀ ਦੀ ਆਪਾਂ ਨੂੰ ਪਤਾ ਪਾਣੀ ਦਾ ਪੱਧਰ ਦਿਨ ਬ ਦਿਨ ਨੀਚੇ ਜਾ ਰਿਹਾ ਹੈਗਾ ਤਾਂ ਉਹਦੇ ਲਈ ਆਪਾਂ ਬੈਡਾਂ ਤੇ ਵੀ ਇੱਕ ਸਿਫਾਰਿਸ਼ ਕੀਤੀ ਗਈ ਹੈ ਤੇ ਉਹਦੇ ਬੈਡ ਬਣਾਉਣੇ ਆ ਜਿਹੜੇ ਉਹ ਉਸ ਤੋਂ 67 ਦੇ ਬੈਡ ਬਣਾਉਣੇ ਉਹਦੇ ਚ 37.5 ਤੇ ਜਿਹੜੀਆਂ 2 ਲਾਈਨਾਂ ਜਿਹੜੀਆਂ ਮੂੰਗੀ ਦੀਆਂ ਬੀਜਣੀਆਂ ਹੈਗੀਆਂ ਤੇ ਜਿਹੜਾ ਖਾਲੀ ਹੈਗੀ ਉਹ 30 ਸੈਂਟੀਮੀਟਰ ਦੀ ਰਹਿ ਜੂਗੀ ਉਹਦੇ ਵਿੱਚੋਂ ਪਾਣੀ ਲੱਗਣਾ ਤੇ ਜਿਹੜਾ ਪਾਣੀ ਹੈਗਾ ਇਹ ਬੈਡ ਉੱਪਰ ਨਹੀਂ ਆਉਣਾ ਚਾਹੀਦਾ ਗਾ ਬੈਡ ਦੇ ਉੱਤੋਂ ਦੀ ਵਗਣਾ ਨਹੀਂ ਚਾਹੀਦਾ ਗਾ ਉਨਾ ਕੁ ਪਾਣੀ ਲਾਉਣਾ ਤੁਸੀਂ ਤੇ ਇਹਦੇ ਨਾਲ ਪਾਣੀ ਦੀ ਜਿਹੜੀ 20-30% ਤੱਕ ਜਿਹੜੀ ਹੈਗੀ ਬਚਤ ਹੁੰਦੀ ਹੈ ਤੇ ਜਿਹੜਾ ਝਾੜ ਦੇ ਵਿੱਚ ਵੀ 10% ਤੱਕ ਵਾਧਾ ਦੇਖਿਆ ਗਿਆ ਹੈ ਤੇ ਇਹ ਬਹੁਤ ਵਧੀਆ ਤਰੀਕਾ ਹੈ ਕਿ ਇੱਕ ਤਾਂ ਤੁਹਾਡਾ ਪਾਣੀ ਬਚਦਾ ਹੈ ਪਾਣੀ ਘੱਟ ਲੱਗਦੇ ਆ ਤੇ ਇੱਕ ਤੁਹਾਡਾ ਝਾੜ ਤੇ ਵੀ ਵਧੀਆ ਅਸਰ ਪੈਂਦਾ ਜੀ। ਡਾਕਟਰ ਸਾਹਿਬ ਜਿਵੇਂ ਕਿ ਹੁਣ ਤੱਕ ਅਸੀਂ ਖੇਤ ਦੀ ਤਿਆਰੀ ਕਿਵੇਂ ਕਰਨੀ ਹੈ ਜੀਵਾਣੂ ਖਾਦ ਦੀ ਵਰਤੋਂ ਕਿਵੇਂ ਕਰਨੀ ਹੈ ਬਿਜਾਈ ਹੈ ਜਿਹੜੀ ਉਹ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਕੀ ਤਰੀਕੇ ਜਿਹੜੇ ਉਹ ਕਿਸਾਨ ਵੀਰ ਅਪਣਾ ਸਕਦੇ ਆ ਜਾਂ ਕਿੰਨਾ ਫਾਸਲਾ ਅਸੀਂ ਉਹ ਰੱਖਣਾ ਹੈਗਾ ਜਦੋਂ ਬਿਜਾਈ ਕਰਨੀ ਹੈ ਉਸ ਤੋਂ ਇਲਾਵਾ ਸਭ ਤੋਂ ਅਹਿਮ ਭਾਗ ਜਾਂ ਸਭ ਤੋਂ ਵੱਧ ਖਰਚੇ ਵਾਲਾ ਕਹਿ ਲਈਏ ਸਾਡੇ ਕਿਸਾਨ ਵੀਰਾਂ ਦੇ ਵੱਲੋਂ ਮੰਨਿਆ ਜਾਂਦਾ ਤਾਂ ਉਹ ਖਾਦਾਂ ਹੁੰਦੀਆਂ ਨੇ ਜੀ। ਕਿਹੜੀ ਖਾਦ ਕਦੋਂ ਤੇ ਕਿੰਨੀ ਮਾਤਰਾ ਦੇ ਵਿੱਚ ਵਰਤਣੀ ਹੈ ਇਹ ਵੀ ਸਾਡੇ ਕਿਸਾਨ ਵੀਰਾਂ ਦੇ ਨਾਲ ਅਸੀਂ ਹਾਂਜੀ ਖਾਦਾਂ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਦਿਨ ਬ ਦਿਨ ਮਹਿੰਗਾਈ ਜਿਹੜੀ ਵੱਧਦੀ ਜਾ ਰਹੀ ਹੈ ਤਾਂ ਖਾਦਾਂ ਜਿਹੜੀਆਂ ਇੱਕ ਤਾਂ ਇਹ ਹੈ ਕਿ ਮੂੰਗੀ ਨੂੰ ਖਾਦ ਬਹੁਤ ਘੱਟ ਪੈਂਦੀ ਹੈ ਕਿਉਂਕਿ ਇਹ ਲੈਗਿਊਮਿਨਸ ਫਸਲ ਹੈ ਫਲੀਦਾਰ ਫਸਲ ਹੈ ਤਾਂ ਨਾਈਟ੍ਰੋਜਨ ਜਿਹੜੀ ਹੈ ਇਹਦੀਆਂ ਜੜਾਂ ਦੇ ਵਿੱਚ ਜਿਹੜੇ ਨਡਿਊਲ ਬਣ ਜਾਂਦੇ ਆ ਉਹ ਉਸ ਤੋਂ ਬਾਅਦ ਇਹ ਨਾਈਟ੍ਰੋਜਨ ਦੀ ਕਮੀ ਹੈ ਜੀ ਹਵਾ ਦੇ ਵਿੱਚੋਂ ਹੀ ਇਹਨੇ ਲੈ ਲੈਣੀ ਹੈ ਨਾਈਟ੍ਰੋਜਨ ਤਾਂ ਇਸ ਕਰਕੇ ਜਿਹੜੀ ਨਾਈਟ੍ਰੋਜਨ ਹੈਗੀ ਹੈ ਇਹਨੂੰ 5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਈਟ੍ਰੋਜਨ ਪਾਉਣੀ ਹੈ ਯੂਰੀਆ ਜੇ ਪਾ ਰਹੇ ਹੋ ਤਾਂ 11 ਕਿਲੋ ਬਣ ਰਹੀ ਹੈ ਜੀ। ਤੇ ਜਿਹੜੀ ਇਹਦੇ ਫਾਸਫੋਰਸ ਹੈ ਉਹ ਅਸੀਂ ਕਹਿੰਦੇ ਹਾਂ ਸਿੰਗਲ ਸੁਪਰ ਫਾਸਫੇਟ ਪਾਓ ਉਹਦੇ ਨਾਲ ਦਾਣੇ ਜਿਹੜੇ ਆ ਵਧੀਆ ਚਮਕਦਾਰ ਬਣਦੇ ਆ ਤੇ ਉਹਦੇ ਚ ਪ੍ਰੋਟੀਨ ਕੰਟੈਂਟ ਵੀ ਜ਼ਿਆਦਾ ਹੁੰਦਾ ਜੀ। ਤਾਂ ਉਹ ਜਿਹੜੀ ਫਾਸਫੋਰਸ ਹੈਗੀ ਹੈ ਉਹ 16 ਕਿਲੋ ਪਾਉਣੀ ਹੈ ਜੀ। ਤੇ ਉਸ ਜੇ ਸਿੰਗਲ ਸੁਪਰ ਫਾਸਫੇਟ ਨਾਲ ਪਾ ਰਹੇ ਤਾਂ 100 ਕਿਲੋ ਸਿੰਗਲ ਸੁਪਰ ਫਾਸਫੇਟ ਬਣ ਗਈ। ਇਹ ਸਾਰੀਆਂ ਖਾਦਾਂ ਜਿਹੜੀਆਂ ਆਪਾਂ ਬਿਜਾਈ ਦੇ ਟਾਈਮ ਹੀ ਪਾ ਦੇਣੀ ਜੀ। ਡਾਕਟਰ ਸਾਹਿਬ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ ਜੀ ਪਹਿਲਾਂ ਤੁਸੀਂ ਕਿਰਪਾ ਕਰਕੇ ਆਪਣੇ ਰੇਡੀਓ ਸੈੱਟ ਤੋਂ ਥੋੜੀ ਦੂਰੀ ਬਣਾਓ ਜਿਸ ਦੇ ਕਰਕੇ ਤੁਹਾਡੀ ਆਵਾਜ਼ ਹੈ ਜਿਹੜੀ ਸਾਡੇ ਤੱਕ ਸਪਸ਼ਟ ਨਹੀਂ ਸੁਣਾਈ ਦੇ ਰਹੀ। ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ। ਸਵਾਲ ਕੀ ਹੈ ਜਸਪ੍ਰੀਤ ਸਿੰਘ ਜੀ? ਹਾਂਜੀ ਹਾਂਜੀ ਜਸਪ੍ਰੀਤ ਜੀ ਤੁਹਾਡਾ ਸਵਾਲ ਅਸੀਂ ਸੁਣ ਲਿਆ ਤੇ ਤੁਸੀਂ ਸਰੋਂ ਤੋਂ ਬਾਅਦ ਬਕਾਇਦਾ ਮੂੰਗੀ ਬੀਜ ਸਕਦੇ ਹੋ ਪਰ ਉਹਦੇ ਲਈ ਤੁਸੀਂ ਬਸ ਖੇਤ ਦੀ ਤਿਆਰੀ ਕਰ ਲਓ ਕਿਉਂਕਿ ਹੁਣ ਟਾਈਮ ਜਿਹੜਾ ਹੈਗਾ 20
ਜਿਹੜਾ ਮਾਰਚ ਤੋਂ 10 ਅਪ੍ਰੈਲ ਤੱਕ ਹੈਗਾ ਤੇ ਬਹੁਤ ਢੁਕਵਾਂ ਟਾਈਮ ਹੈ ਤੇ ਤੁਸੀਂ ਆਪਣਾ ਇਹ ਬੀਜ ਸਕਦੇ ਹੋ। ਬਾਗ ਦੇ ਵਿੱਚ ਜੀ ਅਸੀਂ ਪਹਿਲੇ ਤਿੰਨ ਸਾਲ ਹੀ ਕਹਿੰਦੇ ਹਾਂ ਕਿ ਤੁਸੀਂ ਫਸਲ ਬੀਜੋ, ਉਸ ਤੋਂ ਬਾਅਦ ਬੂਟੇ ਤੁਹਾਡੇ ਵੱਡੇ ਹੋ ਜਾਣਗੇ। ਜੇ ਤੁਹਾਡੇ 3 ਸਾਲ ਤੋਂ ਘੱਟ ਹੈ ਤਾਂ ਤੁਸੀਂ ਕੋਈ ਵੀ ਫਸਲ ਬੀਜ ਸਕਦੇ ਹੋ ਬਾਗ ਦੇ ਵਿੱਚ। ਜੀ ਫੋਨ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਬਾਕੀ ਕਿਸਾਨ ਵੀਰਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਉਹ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਦੇ ਸੰਬੰਧ ਵਿੱਚ ਕੋਈ ਵੀ ਜਾਣਕਾਰੀ ਰੱਖ ਸਕ ਤੋਂ ਲੈਣਾ ਚਾਹੁੰਦੇ ਨੇ, ਪਹਿਲੀ ਵਾਰ ਇਸ ਫਸਲ ਦੀ ਕਾਸ਼ਤ ਕਰਨੀ ਚਾਹੁੰਦੇ ਨੇ ਜਾਂ ਪਹਿਲਾਂ ਤੋਂ ਇਸ ਦੀ ਕਾਸ਼ਤ ਕਰ ਰਹੇ ਨੇ ਤਾਂ ਉਹਨਾਂ ਨੂੰ ਕੋਈ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ, ਝਾੜ ਦੇ ਸੰਬੰਧੀ ਕੋਈ ਗੱਲਾਂ ਬਾਤਾਂ ਨੇ, ਖਾਦ ਕਿੰਨੀ ਪਾਉਣੀ ਹੈ, ਕਿਹੜਾ ਬੀਜ ਵਧੀਆ ਰਹਿਣਾ, ਕੋਈ ਵੀ ਸਵਾਲ ਜਿਹੜਾ ਉਹ ਜੇਕਰ ਉਹ ਪੁੱਛਣਾ ਚਾਹੁੰਦੇ ਨੇ ਤਾਂ ਸਟੂਡੀਓ ਦਾ ਨੰਬਰ 0154-44-2443 ਡਾਇਲ ਕਰ ਸਕਦੇ ਨੇ। ਡਾਕਟਰ ਸਾਹਿਬ ਅਸੀਂ ਮੁੜ ਸਵਾਲਾਂ ਦੇ ਵੱਲ ਵੱਧਦੇ ਹਾਂ। ਜਿਵੇਂ ਕਿ ਅਸੀਂ ਗੱਲ ਕੀਤੀ ਕਿ ਖਾਦਾਂ ਜਿਹੜੀਆਂ ਉਹ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਪਾਉਣੀਆਂ ਨੇ, ਇਸ ਤੋਂ ਬਾਅਦ ਜੇਕਰ ਨਦੀਨਾਂ ਦੀ ਰੋਕਥਾਮ ਦੀ ਗੱਲ ਕਰ ਰਹੀ ਹੈ ਕਿਉਂਕਿ ਕੋਈ ਨਾ ਕੋਈ ਫਸਲ ਹੈ ਜਿਹੜੀ ਉਹਦੇ ਚ ਨਦੀਨ ਹੈ ਜਿਹੜੀ ਉਹ ਰਹਿ ਜਾਂਦੇ ਨੇ, ਬੇਸ਼ੱਕ ਖੇਤੀਮਾਰਾਂ ਦੇ ਵੱਲੋਂ ਨਿਰੰਤਰ ਸੁਝਾਇਆ ਜਾਂਦਾ ਕਿ ਜਦੋਂ ਅਸੀਂ ਆਪਣੇ ਖੇਤ ਦੀ ਤਿਆਰੀ ਕਰਦੇ ਹਾਂ ਤਾਂ ਜੇ ਕਿਤੇ ਵੀ ਸਾਨੂੰ ਕੋਈ ਨਦੀਨ ਦਿਖਾਈ ਦਿੰਦਾ ਤਾਂ ਸਾਨੂੰ ਉਸਨੂੰ ਵਾਹ ਦੇਣਾ ਚਾਹੀਦਾ, ਜੇ ਫਿਰ ਵੀ ਸ਼ੁਰੂਆਤੀ ਹਾਲਾਤਾਂ ਦੇ ਵਿੱਚ ਨਦੀਨ ਦਿਸਦਾ ਤਾਂ ਉਹਨਾਂ ਨੂੰ ਪੁੱਟ ਕੇ ਜ਼ਰੂਰ ਨਸ਼ਟ ਕਰ ਦੇਣਾ ਚਾਹੀਦਾ। ਪਰ ਫਿਰ ਵੀ ਨਦੀਨਾਂ ਦੀ ਸਮੱਸਿਆ ਜਿਹੜੀ ਉਹ ਸਾਡੇ ਖੇਤਾਂ ਦੇ ਵਿੱਚ ਕਿਤੇ ਨਾ ਕਿਤੇ ਰਹਿੰਦੀ ਹੈ, ਤਾਂ ਇਹਨਾਂ ਦੀ ਰੋਕਥਾਮ ਹੈ ਜਿਹੜੀ ਉਹ ਕਿਵੇਂ ਕਰ ਸਕਦੇ ਹਾਂ ਮੂੰਗੀ ਦੇ ਵਿੱਚ? ਹਾਂਜੀ, ਵੈਸੇ ਤਾਂ ਜਿਹੜੀ ਮੂੰਗੀ ਹੈਗੀ ਆ ਆਪਾਂ ਜ਼ਿਆਦਾਤਰ ਜਿਹੜੇ ਲੋਕ ਮੂੰਗੀ ਲਾਉਂਦੇ ਆ ਉਹ ਆਪਦੇ ਘਰੇਲੂ ਉਤਪਾਦਨ ਲਈ ਲਾਉਂਦੇ ਆ, ਇਹ ਘਰ ਲਈ ਵਰਤੀਏ ਅਸੀਂ ਆਪਦੀ ਦਾਲਾਂ ਘਰੋਂ ਹੀ ਮਿਲ ਜਾਣ, ਕਿਉਂਕਿ ਦੇਖਿਆ ਆਪਾਂ ਬਾਜ਼ਾਰ ਚ ਬਹੁਤ ਦਾਲ ਮਹਿੰਗੀ ਹੋ ਗਈ ਹੈ ਜੀ। ਤਾਂ ਇਸ ਲਈ ਤਾਂ ਅਸੀਂ ਚਾਹੁੰਦੇ ਇਹੀ ਹੈ ਕਿ ਤੁਸੀਂ ਕੋਈ ਨਦੀਨ ਨਾਸ਼ਕ ਜਿਹੜਾ ਉਹ ਸਪਰੇ ਨਹੀਂ ਕਰਨਾ ਜੀ, ਤਾਂ ਕਿਉਂਕਿ ਆਪਾਂ ਆਪਣੇ ਹੀ ਘਰੇ ਹੀ ਵਰਤਣੀ ਹੈ, ਤੇ ਇਹਦੇ ਲਈ ਅਸੀਂ ਸਿਰਫ ਗੋਡੀ ਹੈ ਜਿਹੜੀ ਯੂਨੀਵਰਸਿਟੀ ਵੱਲੋਂ 2 ਗੋਡੀ ਜਿਹੜੀ ਹੈ ਸਿਫਾਰਿਸ਼ ਕੀਤੀ ਗਈ ਹੈਗੀ ਹੈ। ਪਹਿਲੀ ਜਿਹੜੀ ਗੋਡੀ ਹੈਗੀ ਉਹ 4 ਹਫ਼ਤਿਆਂ ਦੇ ਬਿਜਾਈ ਤੋਂ ਬਾਅਦ ਕਰਨੀ ਹੈ, ਤੇ ਦੂਜੀ ਗੋਡੀ ਜੇ ਲੋੜ ਪਵੇ ਤਾਂ 6 ਹਫ਼ਤੇ ਬਿਜਾਈ ਤੋਂ ਬਾਅਦ, ਪਹਿਲੀ ਗੋਡੀ ਤੇ 2 ਹਫ਼ਤਿਆਂ ਬਾਅਦ ਦੁਬਾਰਾ ਤੁਸੀਂ ਉਹਦੀ ਗੋਡੀ ਕਰ ਸਕਦੇ ਹੋ ਜੀ। ਰਿਚਰਡ, ਜਿਵੇਂ ਕਿ ਤੁਸੀਂ ਨਦੀਨਾਂ ਦੀ ਰੋਕਥਾਮ ਦੇ ਲਈ ਗੋਡੀ ਦਾ ਜਿਹੜਾ ਤਰੀਕਾ ਉਹ ਦੱਸਿਆ, ਕਿ ਇਸ ਤੋਂ ਇਲਾਵਾ ਕੋਈ ਰਸਾਇਣਾਂ ਦੇ ਨਾਲ ਵੀ ਜਿਹੜਾ ਇਸ ਨਦੀਨਾਂ ਨੂੰ ਨਸ਼ਟ ਕੀਤਾ ਜਾ ਸਕਦਾ? ਹਾਂਜੀ, ਵੈਸੇ ਤਾਂ ਕਰ ਸਕਦੇ ਹਾਂ, ਪਰ ਯੂਨੀਵਰਸਿਟੀ ਵੱਲੋਂ ਕੋਈ ਵੀ ਨਦੀਨ ਨਾਸ਼ਕ ਜਿਹੜਾ ਹੈ ਸਿਫਾਰਿਸ਼ ਨਹੀਂ ਕੀਤਾ ਗਿਆ ਮੂੰਗੀ ਦੇ ਵਿੱਚ, ਕਿਉਂਕਿ ਆਪਾਂ ਆਪਣੇ ਘਰੇਲੂ ਖਰਚੇ ਲਈ ਜਿਹੜੀ ਹੈਗੀ ਆਪਾਂ ਬੀਜਦੇ ਹਾਂ ਜੀ। ਬਿਲਕੁਲ, ਸਾਡੇ ਕਿਸਾਨ ਵੀਰ ਆ ਜਿਹੜੇ ਉਹ ਕਿਤੇ ਨਾ ਕਿਤੇ ਇਸ ਦੀ ਬਜਾਂਦ ਵਧੇਰੇ ਇਸ ਕਰਕੇ ਕਰ ਰਹੇ ਨੇ ਤਾਂ ਕਿ ਉਹ ਇੱਕ ਸਾਫ਼ ਸੁਥਰਾ ਤੇ ਪੌਸ਼ਟਿਕ ਭੋਜਨ ਹੈ ਜਿਹੜਾ ਉਹ ਪ੍ਰਾਪਤ ਕਰ ਸਕਦਾ। ਇਸ ਦੇ ਨਾਲ ਹੀ ਪਾਣੀ ਪ੍ਰਬੰਧਨ ਦੇ ਵੱਲ ਜੇਕਰ ਅਸੀਂ ਵਧੀਏ ਤਾਂ ਕਿੰਨੇ ਕੁ ਪਾਣੀਆਂ ਦੀ ਲੋੜ ਹੈ ਜਿਹੜੀ ਉਹ ਇਸ ਫਸਲ ਨੂੰ ਪੈਂਦੀ ਹੈ, ਜਾਂ ਕਿਵੇਂ ਕਿਵੇਂ ਹੈ ਜਿਹੜਾ, ਜਾਂ ਕਦੋਂ ਕਦੋਂ ਇਹ ਸਿੰਜਾਈਆਂ ਨੇ ਜਿਹੜੀਆਂ ਕੀਤੀਆਂ ਜਾਂਦੀਆਂ? ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਗਰਮ ਜਿਹੜੀ ਗਰਮ ਰੁੱਤ ਦੀ ਇਹ ਮੂੰਗੀ ਹੈ ਸੱਠੀ ਮੂੰਗੀ, ਇਹਨੂੰ ਜਿਹੜਾ ਜਲਵਾਯੂ ਹੈਗਾ ਗਰਮ ਹੀ ਚਾਹੀਦਾ, ਪਰ ਫਿਰ ਵੀ ਇਹਨੂੰ ਗਰਮੀ ਜਿਹੜੀ ਵੱਧਦੀ ਹੈ ਤਾਂ ਆਪਾਂ ਨੂੰ ਕਿਹਦੇ ਚ 3 ਤੋਂ 5 ਪਾਣੀ ਦੀ ਲੋੜ ਪੈ ਸਕਦੀ ਹੈ ਤੁਹਾਨੂੰ। ਜਿਹੜਾ ਪਹਿਲਾ ਪਾਣੀ ਹੈ ਉਹ 20 ਤੋਂ 25 ਦਿਨ ਦੇ ਵਿੱਚ ਲਗਾ ਦਿਓ ਤੁਸੀਂ ਰੌਣੀ, ਮਤਲਬ ਜਦੋਂ ਆਪਾਂ ਬਿਜਾਈ ਕੀਤੀ ਉਸ ਤੋਂ 20 ਤੋਂ 25 ਦਿਨ ਦੇ ਵਿੱਚ ਪਹਿਲਾ ਪਾਣੀ ਲਗਾ ਦੇਣਾ ਜੀ। ਉਸ ਤੋਂ ਬਾਅਦ ਜ਼ਿਆਦਾ ਜਦੋਂ ਫੁੱਲ ਬਣਦੇ ਆ ਜਾਂ ਫਿਰ ਫਲੀਆਂ ਬਣਦੀਆਂ ਉਦੋਂ ਤੁਸੀਂ ਧਿਆਨ ਰੱਖਣਾ ਕਿ ਉਹਨੂੰ ਔੜ ਨਾ ਹੋਵੇ ਫਸਲ ਨੂੰ ਜੀ, ਨਹੀਂ ਤਾਂ ਉਹਦੇ ਝਾੜ ਤੇ ਸਿੱਧਾ ਅਸਰ ਪਊਗਾ। ਤੇ ਜਿਹੜਾ ਅਖੀਰਲਾ ਪਾਣੀ ਹੈ, ਕਿਉਂਕਿ ਆਪਾਂ 60 ਦਿਨ ਦੀ ਕਹਿ ਰਹੇ ਹਾਂ ਕਿ ਇਹ ਫਸਲ ਹੈ, ਤਾਂ 55 ਕੁ ਦਿਨ ਤੇ ਅਖੀਰਲਾ ਪਾਣੀ ਤੁਸੀਂ ਲਗਾ ਦਿਓ ਤਾਂ ਕਿ ਉਸ ਤੋਂ ਬਾਅਦ ਜਿਹੜੀ ਫਸਲ ਹੈਗੀ ਇੱਕ ਸਾਰ ਪੱਕੇ। ਨਹੀਂ ਤਾਂ ਜੇ ਤੁਸੀਂ ਪਾਣੀ ਲੇਟ ਕਰੋਗੇ ਤਾਂ ਅੱਧੀਆਂ ਫਲੀਆਂ ਕੱਚੀਆਂ ਰਹਿ ਜਾਣਗੀਆਂ, ਕਿਉਂਕਿ ਇਹ ਜਿਹੜੀ ਫਸਲ ਹੈਗੀ ਇੱਕ ਲਗਾਤਾਰ ਵੱਧਦੀ ਰਹਿੰਦੀ ਹੈ ਜੀ। ਜਿੱਦਾਂ ਜੇ ਤੁਸੀਂ ਇਹਨੂੰ ਜ਼ਿਆਦਾ ਪਾਣੀ ਲਾਓਗੇ ਤਾਂ ਇਹਨੇ ਅੱਗੇ ਦੀ ਅੱਗੇ ਫਲੀਆਂ ਹੋਰ ਬਣੀ ਜਾਣੀ ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਸੁਝਾਇਆ ਕਿ 3 ਵੱਖ-ਵੱਖ ਸਮਿਆਂ ਦੇ ਉੱਤੇ ਜਿਹੜਾ ਪਾਣੀ ਹੈ ਉਹ ਲਾਇਆ ਜਾ ਸਕਦਾ, ਪਰ ਜੇਕਰ ਮੌਸਮ ਦੇ ਵਿੱਚ ਕੋਈ ਪਰਿਵਰਤਨ ਆਉਂਦਾ, ਕੋਈ ਤਬਦੀਲੀ ਆਉਂਦੀ ਹੈ ਤਾਂ ਪਾਣੀ ਹੈ ਜਿਹੜੇ ਵੱਧ ਤੋਂ ਵੱਧ 5 ਪਾਣੀ ਹੈ ਜਿਹੜੇ ਉਹ ਇਸ ਫਸਲ ਨੂੰ ਦਿੱਤੇ ਜਾ ਸਕਦੇ ਆ। ਵਾਢੀ ਦੀ ਗੱਲ ਕੀਤੀ ਤੁਸੀਂ, ਕਿਹਾ ਕਿ ਨਿਰੰਤਰ ਜਿਹੜੀਆਂ ਫਲੀਆਂ ਨੇ ਉਹ ਵੱਧਦੀਆਂ ਰਹਿੰਦੀਆਂ ਨੇ, ਨਵੀਆਂ ਫਲੀਆਂ ਜਿਹੜੀਆਂ ਉਹ ਪੈਂਦੀਆਂ ਰਹਿੰਦੀਆਂ ਨੇ, ਤਾਂ ਵਾਢੀ ਦੇ ਸਮੇਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਜਿਹੜਾ ਖਿਆਲ ਹੈ ਉਹ ਕਿਸਾਨ ਵੀਰਾਂ ਨੇ ਰੱਖਣਾ ਹੈਗਾ ਇਸ ਫਸਲ ਦੇ? ਕਿਉਂਕਿ ਜਿਵੇਂ ਆਪਾਂ ਦੱਸਿਆ ਕਿ ਜਿਹੜੀ ਇਹ ਫਸਲ ਹੈਗੀ ਹੈ ਇਹ ਲਗਾਤਾਰ ਜੇ ਆਪਾਂ ਪਾਣੀ ਲਾਉਂਦੇ ਰਹਾਂਗੇ ਤਾਂ ਇਹਦੇ ਚ ਹੋਰ ਅੱਗੇ ਤੋਂ ਅੱਗੇ ਫਲੀਆਂ ਹੋਰ ਬਣਦੀਆਂ ਰਹਿਣਗੀਆਂ ਜੀ। ਤਾਂ ਇਸ ਕਰਕੇ ਤੁਸੀਂ ਇਹ ਦੇਖਣਾ ਕਿ ਜਦੋਂ ਪਾਣੀ ਬੰਦ ਕਰਤਾ ਤਾਂ ਹਫ਼ਤੇ ਬਾਅਦ ਆਪਾਂ ਉਹਦੀ ਕਟਾਈ ਕਰ ਸਕਦੇ ਹਾਂ। ਤੇ ਇੱਕ ਧਿਆਨ ਰੱਖਣਾ ਕਿ ਤੁਸੀਂ ਦੇਖਿਓ ਜਿਹੜੀਆਂ ਫਲੀਆਂ ਲੱਗੀਆਂ ਹੈ ਤਾਂ 80% ਜਿਹੜੀਆਂ ਫਲੀਆਂ ਹੈਗੀਆਂ ਉਹ ਜਦੋਂ ਆਪਣਾ ਰੰਗ ਬਦਲਦੇ ਤਾਂ ਉਦੋਂ ਤੁਹਾਡੀ ਫਸਲ ਜਿਹੜੀ ਉਹ ਕੱਟ ਕੇ ਵੱਢਣ ਲਈ ਤਿਆਰ ਹੈਗੀ ਹੈ ਜਿੱਥੇ ਤੁਸੀਂ ਉਹਦੀ ਵਢਾਈ ਕਰ ਸਕਦੇ ਜੀ। ਇੱਕ ਹੋਰ ਸਮੱਸਿਆ ਵੀ ਸਾਡੇ ਕਿਸਾਨ ਵੀਰਾਂ ਨੂੰ ਅਕਸਰ ਆਉਂਦੀ ਹੈ
कि असी वाढ़ी कर ली पर सांभ संभाल वेले कि ना कि कोई ना कोई जी कताही है वह रह जाती है जिद करके उन्होंने पक्की पकाई फसल जो नुकसान है वह झलना पै जाता है। तो कि गलों का ख्याल उस समय रखा जाता जिम्मे दाने टुट जाते हैं या कई होर कारण है जेडे वह भी होंगे। हाँ जी एक तो यही है कि तुसी ए ना देखो कि विच थोड़िया थोड़िया जड़िया फलियां हरिया है क्योंकि ए ने आपा जिदा कहा कि लगातार ए फलियां होर बनदिया रहिंदिया तो जो थानू लगे मतलब 80% जड़िया फलियां ने रंग बदल रहा तो उदो ए फसल थोड़ी वढ़न लई तैयार हैगी है तो उस तो दो तीन दिन बाद तुसी उनू कट के आपदे उत्ते खेत च रखो तो उस तो बाद तुसी इहदी कुटाई करके दाने कट सकदे हो नहीं तो जे तुसी ज्यादा लेट करोगे तो फलियां दे विचों दाने झड़ने जिहड़े शुरू हो जाएंगे क्योंकि ज्यादा पक जाएगियां तो हथ लाई तो जिहड़ी फली ने फट जाएगी। जी रिक्षभ जिवें कि तुसी कहा कि किते ना किते 80% अनुमान साडे किसान भी ला सकते ने कि जेकर फलियां दा रंग बदल रहा तो उन्हां दा वाढी दा जिहड़ा समा उस फसल दे लई आ गया। जी रिक्षभ जिवें कि असी गल कीती कि किते ना किते जिहड़ी मूंगी दी काश्त है वह किसान वीरां दे लई सिद्धे या असिद्धे दोनों ही तरीकियां दे विच वधेरे लाहेवंद है। जेकर जमीन की उपजाऊ शक्ति की गल करिए जिवें कि साडे किसान वीर निरंतर अपनी जमीन की उपजाऊ शक्ति वधाउण की कोशिश करदे ने बेशक उस दे विच रसायनिक खादां दी वरतों होवे कुदरती खादां दी वरतों होवे जैविक खादां दी वरतों होवे तां किवें ना किवें उहनां दी निरंतर इह कोशिश हुंदी है कि जिन्नी उहनां दी जमीन चंगी ते सेहतमंद होवेगी उन्नी ही उहनां दी आउण वाली फसल है जिहड़ी उह वधिया रहेगी। तां मूंगी नूं इक बदल दे तौर दे उत्ते वी साडे किसान वीर अपना रहे ने तां जेकर शुरुआत असीं इत्थों ही करिए तां किन्ने इक नौजवान किसान वीर जां किसान बीबियां ने जिन्हां दा रुझान तुसीं देखदे हो निरंतर क्योंकि तुसी साडे किसान वीरां नूं मिलदे हो कि इन्हां फसलां दे वल वध रहे। हां जी गुरलीन जी क्योंकि एक तो यह दालां जिहड़ियां हैगियां प्रोटीन दा बहुत वधिया सोर्स हैगियां तां सोमा है ते इहदे लई एक किसान वीर जिहड़े अपने लोग अजकल बहुत समझदार हैगे आ क्योंकि अजकल जिहड़े लोग ज्यादा शाकाहारी भोजन दा सेवन करन लग गए आ जी तां उहदे लई जिहड़ियां इह दालां बहुत वधिया हैगियां ते साडे कोल जिद्दां क्योंकि मैं जेड़ी हैगी है वो सीड बीज उत्पादन दे विच ही है तो मैनू बहुत लोगों के फोन आते हैं कि सानू मूंगी का बीज चाहिए जी यूनिवर्सिटी कोल भी जेड़ा हैगा बीज कई बार घट जाता है तो सानू कहना पैंदा है कि बाकी जेड़े सहकारी इदारे या तो तुसी उत्थो खरीद सकते हो या बाहरों जे तुहानू वधिया वधिया जो बिल दे के कोई दे रहा तुहानू तो तुसी उत्थों वधिया म्यारी बीज जेड़ा लैओ जो जरूर तुसी आप देख कितने ना कितने कर ले अपनी घरेलू खपत लई जरूर इहदी करो काश्त। जी रक्षक जिवें कि तुसी बड़ी वधिया गल कीती कि म्यारी बीज है जेड़ा ओ जरूर चाहिदा जेकर किसान वीर उसदा उत्पादन है जेड़ा ओ कर रहा है ते बेशक अजकल पिंडां शहरां कस्बियां हर थां दे उत्ते मिलावट रहित दालां दी जेड़ी मंग है ओ निरंतर वधी हैगी तां इस संबंधी तुसी की कहना चाहोगे। हां जी यही है क्योंकि जेडिया आपां वड्डियां वड्डियां कंपनियां हैगियां वो दालां आपां नूं पैकेटां दे विच बंद करके जेडियां दे रहे हैं उहदे उपरों जिहड़ा ए सारी कोटिंग जिहड़ी है जिहड़ा छिलका हैगा वो उतार दिंदे आ ते जिहड़ा वधिया जिहड़ा उहदा ज्यादा उहदे विच तत् हैगे उह खतम हो जांदे आ तां इस करके आपां नूं चाहीदा कि आपां नूं घरेलू या जे आपणे कोल जगह हैगी है तां आपां नूं जरूर किते ना किते आपां नूं खुद अपने घरेलू पद्धर ते जिहड़ी इह काश्त जरूर करनी चाहीदी घट्टो घट्ट जिहड़ी आपणा परिवार हैगा उह वधिया इहदी वधिया जिहड़ी हैगी आ खा सके मूंगी दी असीं गल कीती इस दे नाल तुसीं बाकी दालां दे बारे भी कहा कि प्रोटीन दा जिहड़ा मुख स्रोत ने उह दालां मन्नियां जांदियां ने ते जेकर कोई भी किसान वीर किसान बीबी जिहड़े शाकाहारी भोजन दा सेवन करदे ने जिहड़ी कि मांस तों परहेज करदे ने ਤਾਂ ਕਿਤੇ ਨਾ ਕਿਤੇ ਦਾਲਾਂ ਹੀ ਮੁੱਖ ਸਰੋਤ ਮੰਨਿਆ ਜਾਂਦਾ ਜੀ ਉਹਨਾਂ ਦੇ ਭੋਜਨ ਦੇ ਵਿੱਚ ਇਸ ਦੇ ਨਾਲ ਹੀ ਜੇਕਰ ਆਪਾਂ ਮਾਹਾਂ ਦੀ ਕਾਸ਼ਤ ਦੀ ਗੱਲ ਕਰੀਏ ਤਾਂ ਕੀ ਜਲਵਾਯੂ ਜ਼ਮੀਨ ਸਾਰਾ ਕੁਝ ਉਹੇ ਜਿਹਾ ਹੀ ਚਾਹੀਦਾ ਹੈ ਜਿਹੇ ਜਿਹਾ ਮੂੰਗੀ ਦੀ ਫਸਲ ਨੂੰ ਚਾਹੀਦਾ। ਹਾਂਜੀ ਗੁਰਲੀਨ ਜੀ ਇਹ ਵੀ ਕਿਉਂਕਿ ਜਿੱਦਾਂ ਮੂੰਗੀ ਹੈਗੀ ਹੈ ਗਰਮ ਰੁੱਤ ਦੀ ਇਹ ਜਿਹੜੇ ਮਾਂ ਹੈਗੇ ਇਹ ਵੀ ਗਰਮ ਰੁੱਤ ਵਾਲੇ ਹੀ ਆਪਾਂ ਹੈਗੇ ਆ ਇਹਦੇ ਵਿੱਚ ਜਿਹੜਾ ਜਿੱਦਾਂ ਮੂੰਗੀ ਨੂੰ ਗਰਮ ਜਲਵਾਯੂ ਹੈ
ਉਸੇ ਤਰੀਕੇ ਜਿਹੜੇ ਮਾਂ ਹੈਗੇ ਉਹਨਾਂ ਨੂੰ ਵੀ ਗਰਮ ਜਲਵਾਯੂ ਦੀ ਲੋੜ ਪੈਂਦੀ ਹੈਗੀ ਹੈ। ਬਸ ਇਹਦੇ ਚ ਇਹ ਹੈ ਕਿ ਇਹ ਜਿਹੜੇ ਮਾਂ ਹੈਗੇ ਆ ਇਹ 70 ਤੋਂ 75 ਦਿਨ ਲੈਂਦੇ ਆ ਜੀ, ਤੇ ਬਾਕੀ ਜਿਹੜੀ ਮੂੰਗੀ ਹੈਗੀ ਉਹ 60 ਦਿਨਾਂ ਤੋਂ ਵੱਧ 65 ਦਿਨ ਤੱਕ ਜਾਂਦੀ ਹੈ ਜੀ। ਜ਼ਿਆਦਾਤਰ ਹੈਗੀ ਆ ਜਿਹੜੀਆਂ ਕਿਸਮਾਂ ਉਹ 60 ਦਿਨ ਹੀ ਲੈਂਦੀਆਂ ਜੀ, ਤਾਂ ਕਰਕੇ ਆਪਾਂ ਉਹਨੂੰ 60 ਮੂੰਗੀ ਕਹਿ ਦਿੰਦੇ ਆ। ਤੇ ਪਰ ਜਿਹਨਾਂ ਦੋਨਾਂ ਦਾ ਜਿਹੜਾ ਜਲਵਾਯੂ ਹੈਗੀ ਆ ਉਹ ਗਰਮ ਰੁੱਤ ਹੀ ਚਾਹੀਦੀ ਹੈ, ਤੇ ਜਿਹੜੀਆਂ ਜ਼ਮੀਨਾਂ ਹੈਗੀਆਂ ਕੁਲਰਾਠੀਆਂ ਨਾ ਹੋਣ ਜਾਂ ਸੇਮ ਵਾਲੀਆਂ ਨਾ ਹੋਣ, ਬਾਕੀ ਜਲਦੀ ਨਿਕਾਸੀ ਹੋਣੀ ਚਾਹੀਦੀ ਜਿੱਥੇ ਵੀ ਆਪਾਂ ਇਹ ਦੋਨੋਂ ਫਸਲਾਂ ਲਾਉਣੀ ਜੀ। ਰਿਛਭ, ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਦੋਨਾਂ ਫਸਲਾਂ ਦੇ ਲਈ ਚੰਗੀਆਂ ਜ਼ਮੀਨਾਂ ਚਾਹੀਦੀਆਂ ਨੇ, ਪਰ ਧਿਆਨ ਰੱਖਿਆ ਜਾਵੇ ਕਿ ਭਾਰੀਆਂ ਜ਼ਮੀਨਾਂ ਜਿਹੜੀਆਂ ਉਹ ਨਾ ਹੋਣ ਜੀ, ਜੇਕਰ ਹੈ ਤਾਂ ਚੰਗੇ ਜਲ ਨਿਕਾਸ ਪ੍ਰਬੰਧਨ ਵਾਲੀਆਂ ਜ਼ਮੀਨਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਕਿਸਮ ਦੇ ਜਿਹੜੇ ਬੀਜ ਨੇ ਉਹ ਮਾਹਾਂ ਦੀ ਤੇ ਮੂੰਗੀ ਦੀ ਦੋਨਾਂ ਹੀ ਫਸਲਾਂ ਦੇ ਲਈ ਕਿਹੜੀਆਂ ਕਿਹੜੀਆਂ ਕਿਸਮਾਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਾਡੇ ਕਿਸਾਨ ਵੀਰਾਂ ਨੂੰ ਸੁਝਾਉਂਦੀ? ਹਾਂਜੀ, ਕਿਉਂਕਿ ਉੱਨਤ ਜਿਹੜੀਆਂ ਮਿਆਰੀ ਬੀਜ ਜਿਹੜਾ ਆਪਣਾ ਬਹੁਤ ਹੀ ਜ਼ਰੂਰੀ ਹੈਗਾ ਜੀ, ਤਾਂ ਇਸ ਲਈ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀ ਮੂੰਗੀ ਹੈਗੀ ਉਹਦੀਆਂ 4 ਕਿਸਮਾਂ ਜਿਹੜੀਆਂ ਸਿਫਾਰਿਸ਼ ਕੀਤੀਆਂ ਗਈਆਂ, SML 1827, TMB 37 ਨੰਬਰ, SML 832 ਤੇ SML 668 ਜੀ। ਇਸੇ ਤਰ੍ਹਾਂ ਜਿਹੜਾ ਮਾਂ ਦੀ ਹੈ ਉਹਦੇ ਵਿੱਚ ਵੀ 2 ਕਿਸਮਾਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ, ਮਾਂ 1137 ਤੇ ਮਾਂ 1008 ਜੀ। ਇਹ ਜਿਹੜੀਆਂ ਤੁਸੀਂ ਕਿਸਮਾਂ ਹੈਗੀਆਂ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਜਿਹੜੀ ਬੀਜਾਂ ਦੀ ਦੁਕਾਨ ਹੈ ਤੁਹਾਨੂੰ ਉੱਥੋਂ ਉਪਲਬਧ ਹੋਣਗੇ ਜੀ। ਕੀ ਇਹ ਬੀਜ ਨੇ ਜਿਹੜੇ ਇਹ ਬਠਿੰਡਾ ਦੇ ਖੇਤਰੀ ਖੋਜ ਕੇਂਦਰ ਤੋਂ ਵੀ ਉਪਲਬਧ ਹੁੰਦੇ ਨੇ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ? ਹਾਂਜੀ, ਇਹ ਇਸ ਵਾਰੀ ਸਾਡੇ ਕੋਲ ਜਿਹੜਾ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਕੋਈ ਵੀ ਮਤਲਬ ਨਾ ਮੂੰਗੀ ਦਾ ਨਾ ਮਾਂ ਦਾ ਫਿਲਹਾਲ ਉਪਲਬਧ ਨਹੀਂ ਹੈ ਜੀ, ਕਿਉਂਕਿ ਜਿਹੜੇ ਜਿਹੜੇ ਕਿਸਾਨ ਮੇਲੇ ਹੈਗੇ ਆ ਉਹ ਵਰਚੁਅਲ ਹੋ ਗਿਆ ਜੀ, ਤਾਂ ਲੱਗ ਨਹੀਂ ਰਹੇ ਦੂਸਰੇ ਪਹਿਲਾਂ ਜਿਵੇਂ ਲੱਗਦੇ ਸੀਗੇ ਜੀ, ਤਾਂ ਇਸ ਕਰਕੇ ਅੱਗੇ ਤਾਂ ਸਾਡੇ ਕੋਲ ਬੀ ਪਹਿਲਾਂ ਆ ਜਾਂਦਾ ਸੀ ਕਿ ਮੇਲਾ ਲੱਗਣਾ ਜੀ। ਉਸਦੇ ਨਾਲ ਇੱਕ ਕਿਸਾਨ ਸਰੋਤਾ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਲੈ ਲੈਂਦੇ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ। ਪਿੰਡ ਦੱਸ ਦਿਓ ਜੀ, ਸਵਾਲ ਕੀ ਹੈ ਜੀ? ਜੇ ਤੁਸੀਂ ਸਰੋਂ ਲਗਾਈ ਹੈ ਤਾਂ ਉੱਥੇ ਕਰ ਸਕਦੇ ਹੋ ਜੀ, ਨਹੀਂ ਜੇ ਤੁਹਾਡੀ 13 ਅਪ੍ਰੈਲ ਤੋਂ ਨਹੀਂ, ਜੇ ਫਿਰ ਵੀ ਤੁਹਾਨੂੰ ਲੱਗਦਾ ਤਾਂ ਇਹ ਜਿਹੜੀ ਮੂੰਗੀ ਹੈਗੀ ਹੈ ਕਿਉਂਕਿ 60 ਦਿਨ ਦੀ ਹੈ ਤਾਂ ਤੁਸੀਂ ਇਹ 20 ਅਪ੍ਰੈਲ ਤੱਕ ਵੀ ਬਿਜਾਈ ਕਰ ਸਕਦੇ ਹੋ। ਹਾਂਜੀ ਹਾਂਜੀ, ਜੇ ਤੁਹਾਨੂੰ ਲੱਗਦਾ ਕਿ 20 ਤੱਕ ਤੁਹਾਡੀ ਬਿਜਾਈ ਹੋ ਸਕਦੀ ਹੈ ਫਿਰ ਤੁਸੀਂ ਮੂੰਗੀ ਦੀ ਕਾਸ਼ਤ ਕਰ ਸਕਦੇ। ਇਹ ਜੀ 12 ਕਿਲੋ ਜਿਹੜਾ ਮੂੰਗੀ ਦਾ 1 ਕਿੱਲੇ ਦਾ ਬੀ ਹੈਗਾ ਉਹ 1920 ਰੁਪਏ ਦਾ, ਪਰ ਬਠਿੰਡੇ ਫਿਲਹਾਲ ਸਾਡੇ ਕੋਲ ਬੀ ਹੈ ਨੀ ਗਾ, ਤੁਹਾਨੂੰ ਲੁਧਿਆਣੇ ਤੋਂ ਹੀ ਲਿਆਉਣਾ ਪਊਗਾ, ਜਾਂ ਫਿਰ ਜੇ ਤੁਸੀਂ ਕਿਸੇ ਹੋਰ ਸਹਿਕਾਰੀ ਸੰਸਥਾ ਹੈਗੀ ਹੈ ਤਾਂ ਉਹਦੇ ਤੋਂ ਖਰੀਦ ਸਕਦੇ। ਪੰਜ ਸੀਡ ਵਾਲਿਆਂ ਕੋਲ ਪਿਛਲੇ ਸਾਲ ਕਾਫੀ ਮੂੰਗੀ ਦਾ ਬੀਜ ਸੀਗਾ ਤੇ ਤੁਸੀਂ ਉੱਥੋਂ ਪਤਾ ਕਰ ਸਕਦੇ। ਹਾਂਜੀ ਜੀ, ਫੋਨ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਵੱਖ ਵੱਖ ਕਿਸਮਾਂ ਨੇ ਜਿਨ੍ਹਾਂ ਦੀ ਕਾਸ਼ਤ ਸਾਡੇ ਕਿਸਾਨ ਵੀਰ ਕਰ ਸਕਦੇ ਨੇ। ਮੂੰਗੀ ਤੇ ਮਾਂ ਦੋਨਾਂ ਹੀ ਫਸਲਾਂ ਦੇ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੁਝਾਏ ਅਨੁਸਾਰ ਜਿਹੜੀਆਂ ਕਿਸਮਾਂ ਨੇ ਉਹ ਸਾਂਝੀਆਂ ਕੀਤੀਆਂ। ਜ਼ਮੀਨ ਦੀ ਤਿਆਰੀ, ਬੀਜ ਦੀ ਮਾਤਰਾ ਜੀ, ਜ਼ਮੀਨ ਦੀ ਤਿਆਰੀ ਤੋਂ ਪਹਿਲਾਂ ਅਸੀਂ ਬੀਜ ਦੀ ਮਾਤਰਾ ਦੀ ਗੱਲ ਜ਼ਰੂਰ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਦੋਹਾਂ ਹੀ ਫਸਲਾਂ ਦੇ ਵਿੱਚ ਬੀਜ ਦੀ ਮਾਤਰਾ ਦਾ ਜਿਹੜਾ ਫਰਕ ਹੈ ਉਹ ਜ਼ਰੂਰ ਪਤਾ ਲੱਗ ਸਕੇ ਕਿ ਕਿੰਨਾ ਕੁ ਬੀਜ ਹੈ ਜਿਹੜਾ ਉਹਨਾਂ ਨੂੰ ਚਾਹੀਦਾ। ਹਾਂਜੀ, ਮੂੰਗੀ ਜਿਵੇਂ ਆਪਾਂ ਦੱਸਿਆ ਕਿ ਜਿਹੜੀਆਂ 4 ਕਿਸਮਾਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈ ਤੇ 3 ਕਿਸਮਾਂ ਹੈਗੀਆਂ ਉਹਨਾਂ ਦਾ ਆਪਾਂ ਜਿਹੜਾ ਬੀ ਹੈਗਾ ਉਹ 12 ਕਿਲੋ ਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਹੈ। ਜਿਹੜੀ 1 ਕਿਸਮ SML 668 ਹੈ ਉਹਦਾ ਥੋੜਾ ਜਿਹੜਾ ਬੀਜ ਹੈ ਜ਼ਿਆਦਾ ਮਾਤਰਾ ਵਿੱਚ ਪੈਂਦਾ, ਉਹ 15 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣਾ ਹੈ ਜੀ। ਤੇ ਜਿਹੜਾ ਮਾਂ ਹੈਗੇ ਉਹ ਦੋਨੋਂ ਹੀ ਕਿਸਮਾਂ ਦਾ ਬੀਜ ਜਿਹੜਾ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫਾਰਿਸ਼ ਕੀਤਾ ਗਿਆ ਜੀ। ਕੀ ਇਸ ਫਸਲ ਦੇ ਜਿਹੜੇ ਬੀਜ ਨੇ ਇਹਨਾਂ ਨੂੰ ਬੀਜ ਵਾਲੂ ਖਾਦ ਦੀ ਲੋੜ ਪੈਂਦੀ ਹੈ ਜੀ? ਕਿਉਂਕਿ ਜਿਹੜੀਆਂ ਦੋਨੋਂ ਫਸਲਾਂ ਹੈਗੀਆਂ ਫਲੀਦਾਰ ਹੈਗੀਆਂ ਤਾਂ ਇਹਦੇ ਵਿੱਚ ਜਿਹੜੀ ਜੀਵਾਣੂ ਖਾਦ ਹੈਗੀ ਆ ਉਹ ਆਪਾਂ ਜੇ ਲਗਾਵਾਂਗੇ ਤਾਂ ਝਾੜ ਤੇ ਵੀ ਬਹੁਤ ਵਧੀਆ ਅਸਰ ਪੈਂਦਾ ਹੈਗਾ, ਤੇ ਕੋਈ ਇਹ ਜ਼ਿਆਦਾ ਮਹਿੰਗੀ ਵੀ ਨਹੀਂ ਹੈਗੀ ਖਾਦ। ਪਰ ਇਹ ਧਿਆਨ ਰੱਖਣਾ ਹੈ ਕਿ ਜਿਹੜੀਆਂ ਦੋਨੋਂ ਫਸਲਾਂ ਇਹਨਾਂ ਦੋਨਾਂ ਦਾ ਜੀਵਾਣੂ ਖਾਦ ਦਾ ਟੀਕਾ ਅਲੱਗ ਹੈ
जी मूंगी ले, जे तुसी मूंगी लानी है तो उत्थे जाके तुसी ये कहना कि सानू मूंगी का टीका चाहिए, जी जे मां लानी है तो मां का टीका अलग। जी ते दोनों दा उपर वर्तन का तरीका यही है कि बी नू तुसी गिला कर लो ते उस तो बाद ताकि उदे ते जेड़ा पैकेट हैगा, एक पैकेट जेड़ा एक किले वास्ते हैगा जी ता उदे तुसी गिला करके उनु बी नू लगा लेना है, छां दे विच करना है सारा कुछ, ते छां दे विच इनु सुकाउणा हैगा, जी नहीं तो जे धुप्प च करांगे तां इहदा असर खत्म हो जाणा, ते इनु 1 घंटे दे अंदर अंदर बिजाई कर दो। जी डॉक्टर जिम्मे कि आप गल की कि जीवाणु खाद का टीका लाने तो बाद 1 घंटे के असी जी बिजाई है वह साडे किसान वीर ने कर देनी है, जिहड़ियां जड़ गंढा ने वह कितने ना कितने नाइट्रोजन की पूर्ति दे विच एक अहम भूमिका अदा करदियां ने, कि मां की फसल दे विच भी जिहड़ी ये उपलब्धता हैगी कि ये जिहड़ी सहूलत है वह साडे किसान वीर नूं मां की फसल की बिजाई करन ते वी मिलदी है। हां जी गुरलीन जी, जिदा मूंगी आपां कहिंदे आ फलीदार फसल है, तां मां भी फलीदार फसल है, जी ते दोनों दे विच खादां दी जिहड़ी बहुत घट वरतों आपां कहिंदे आ कि तुसीं खादां पाओ, क्योंकि जिहड़ियां इहदियां जड़ां ते गंढा हुंदियां उहनां दे विच नाइट्रोजन फिक्स करन दी समर्था हुंदी है, जी तां आपां इहनूं शुरुआती जिहड़ा हैगा बिजाई करनी है उदों ही इहनूं खाद दी लोड़ है, उस तो बाद इन्हें जदों इहदियां गंढां बन गईआं तां इन्हें आपे आप जिहड़ी नाइट्रोजन दी हैगी पूर्ति कर लैंदी। जी जिवें कि तुसीं गल कीती कि बहुत घट खादां दी जी लोड़ पैंदी आ, कितना ना कितने खेती खर्चों के उत्ते काबू पाने के लिए भी साडे किसान वीर निरंतर इन्हां फसलां नूं बीजण दा जिहड़ा उपराला उह करदे रहिंदे ने, तां माहां दी फसल दे लई किन्नियां कु जिहड़ियां खादां ने उहनां दी लोड़ पैंदी। हाँ जी, मां दे लई भी बहुत ही घट खाद की लोड़ पैंदी हैगी है, जिहड़ी नाइट्रोजन है 5 किलो प्रति एकड़ के हिसाब नाल पानी है, ते जिहड़ी 11 किलो फास्फोरस की लोड़ हैगी है मां नूं, ते इह जिहड़ियां दोनों खादा हैगियां इह बिजाई दे टाइम ही पा देनी है, चंगा होवे जे जिहड़ी तुसीं फास्फोरस पानी है उह सिंगल सुपर फास्फेट दे नाल ही पाओ जी तां वधिया रहूगा, क्योंकि उहदे नाल जिहड़ी हैगी है तुहाडी दाणियां दी क्वालिटी वधिया होगी। जी डॉक्टर साहब जिवें कि असी गल की कि खादां की वरतों किवें करनी है, नदीना की रोकथाम है जिहड़ी वो यकीनन गोड्डी करके जेकर असी करिए तां वधेरे चंगी रहिंदी है, क्योंकि पंजाब खेतीबाड़ी यूनिवर्सिटी कितें ना कितें रसायणां की वरतों तो परहेज करन दा ही साडे किसान वीरां नूं सुझाउंदी जी हैगी। पानी प्रबंधन भी है जिहड़ा वो जिवें कि तुसीं मूंगी दे विच दस्सिया कि 3 तों 5 पानियां की लोड़ पैंदी है, महां की काश्त दे लई किन्ने पानियां की लोड़ पैंदी है? मां की काश्त ले भी 3 तों 4 पानी बहुत हुंदे है, क्योंकि एक तो यह जिहड़ी फसल हैगी आपां पहले ही कह चुके हैं गर्म जलवायु की फसल हैगी है, तां इह मतलब गर्मी सहार लैंदी है, पर एक तो इहनूं पहला पानी जिहड़ा हैगा उह 20 तों 25 दिनां दे विच दे दो, ते दूजा जे तुहानूं लगदा है कि फुल जां फलियां वेले औड़ हैगी है तां उदों पानी तुसीं जरूर देना, नहीं तां जिहड़ा झाड़ ते बुरा असर पै सकदा। जी डॉक्टर सुखदीप कौर जी, तुसीं अज प्रोग्राम साडे पिंड साडे खेत दे दौरान साडे किसान वीरां दे नाल गर्म रुत्त दी मूंगी ते मां दे संबंध विच जानकारी सांझी कीती, उम्मीद करदे आं कि साडे किसान वीरां नूं इह जानकारी चंगी लगी होवेगी। तुहाडा स्टूडियो दे विच आउण ते बहुत बहुत धन्नवाद। बहुत बहुत धन्नवाद गुरलीन जी तुहाडा। इस दे नाल ही किसान वीरो मैनूं गुरलीन सिद्धू नूं अज दा प्रोग्राम साडे पिंड साडे खेत इत्थे समाप्त करन दी दुआ गया। धन्नवाद, सति श्री अकाल।